Thank you all for coming. We are really proud to have Gurdas Manji here. So are you guys ready? Yes. Actually a little more louder maybe. Otherwise you'll have to hear me. <laughs> yeah, it's an immense pleasure to have a personality which is who is like so iconic, like who has influenced over the entire Punjabi culture over the past thirty or thirty five years. His movies have gone to Oscars, his songs have won various national awards. And above all, he's a very humble and a kind person. He's a very prolific writer who has always write, written about women empowerment, girl child, drug abuse, all the problems. Something that has actually personally stuck a chord with me. I'll just share a few lines. I will try to resist my urge of singing it because it is his song. I don't want to be on onghamka. So it's sa nahi pugda, I do not buy into this trade. Ravi to chana puchda ki hal hai satlujda.

ਉੱਚੀ ਥਾਂ ਤੇ ਯਾਰ ਬਿਠਾਈਏ ਨਹੀਂ ਵੀ ਥਾਂ ਤੇ ਬਈਏ ਹੈ ਨਹੀਂ ਨਹੀਂ ਆ ਤੁਹਾਡਾ ਮਾਈਕ ਆਲਰੇਡੀ ਲੱਤ ਹੈ ਠੀਕ ਥੈਂਕ ਯੂ ਐਕਚੁਅਲੀ ਗੁਰਦਾਸ ਮਾਨ ਜੀ ਤੋਂ ਜ਼ਿਆਦਾ ਟੈਨਸ਼ਨ ਨਰਵਸ ਮੈਂ ਹਾਂ ਮੈਂ ਬਹੁਤ ਜ਼ਿਆਦਾ ਹਾਂ ਤੇ ਹਾਂਜੀ ਹਾਊਜ਼ ਯਰ ਟੂਰ ਬੀਨ ਸੋ far ਮਤਲਬ ਡੂ ਯੂ ਵਾਂਟ ਟੂ ਸ਼ੇਅਰ ਐਨੀ ਹਾਈਲਾਈਟਸ ਯਾ ਕੀ ਪੁਆਇੰਟਸ ਮੇਰੇ ਤੋਂ ਸਭ ਤੋਂ ਵੱਡਾ ਜਿਹੜਾ ਅੱਜ ਹਾਈਲਾਈਟ ਪੁਆਇੰਟ ਹੈ ਇਹ ਹੀ ਹੈ ਕਿ ਮੈਂ Google ਦੇ ਦਰਸ਼ਨ ਕਰਨਾ ਹੈ। ਔਰ ਔਰ Google ਦੇ ਉਹਨਾਂ ਸਜਨਾ ਦੇ ਦਰਸ਼ਨ ਕਰ ਰਿਹਾ ਜਿਹੜੇ ਚਲਾ ਰਹੇ ਨੇ। ਨਹੀਂ ਪਿਆਰ ਕਰਦੇ ਆ ਔਰ ਮੇਰਾ ਖਿਆਲ ਹੈ ਹੈੱਡਕੁਆਰਟਰ ਦੇ ਦਰਸ਼ਨ ਕਰਦੇ ਆ ਤੇ ਇਹਦਾ ਮਤਲਬ ਹੈ ਕਿ ਸਾਰੀ ਦੁਨੀਆ ਦੇ ਦਰਸ਼ਨ ਹੋ ਰਹੇ। ਇਹ ਤੁਹਾਡੀ ਬਹੁਤ ਵੱਡੀ ਖਲੀਮੀ ਹੈ ਜਿਹੜੀ ਤੁਸੀਂ ਇਹਨਾਂ ਨੂੰ ਕੀਤਾ ਮਾਨਪਖਿਆ ਜੀ ਇਹ ਮਾਨ ਨੂੰ ਮਾਣ ਹੈ। ਉਹ ਤਾਂ ਇੱਜ਼ਤ ਇੱਜ਼ਤ ਕਰੀਏ ਤੇ ਇੱਜ਼ਤ ਮਿਲਦੀ ਹੈ। ਹਾਂਜੀ बहुत बड़ी गल है कि सब सोचते हैं अक्सर कि पहले सलाम मैं क्यों करूं कि पहले मैं सलाम क्यों करूं सब सोचते हैं अक्सर कि पहले सलाम मैं क्यों करूं मैं किसी से कम नहीं मैं किसी से क्यों डरूँ पहली सलाम ही दरअसल सरब को मंजूर है दूसरी तो दूसरी पहली से कोसों दूर है क्या बात जो जो पहले अदब करना जानता है जो पहले प्यार करना जानता है जो पहले सत्कार करना जानता है ਕਬੂਲ ਉਸੇ ਕੀ ਹੁੰਦੇ ਆ ਕੀ ਬਾਤ ਹੈ ਹਾਂਜੀ ਸੋ ਇੱਜ਼ਤ ਨੂੰ ਇੱਜ਼ਤ ਮਿਲਦੀ ਹੈ ਇੱਜ਼ਤ ਵੰਡਣੀ ਚਾਹੀਦੀ ਹੈ ਪਿਆਰ ਵੰਡਣਾ ਚਾਹੀਦਾ ਹਾਂਜੀ ਇਹ ਚੀਜ਼ਾਂ ਜਿਹੜੀਆਂ ਵੰਡ ਕੇ ਦੁੱਗਣੀਆਂ ਹੋ ਜਾਂਦੀਆਂ ਤੁਹਾਨੂੰ ਮਿਲਦੀਆਂ ਐ ਇਸੇ ਲਈ ਪੰਜਾਬੀ ਉੱਜੜ ਕੇ ਸਾਰੇ ਦੁੱਖ ਦੁੱਖ ਵੰਡিয়ে ਤੇ ਘਟ ਜਾਂਦੇ ਆ ਜੀ ਜੀ ਬਾਕੀ ਸਤਜਿੰਦਰ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਮੇਰੇ ਲਈ ਇਹ ਸਭ ਤੋਂ ਵੱਡੀ ਹਾਈਲਾਈਟ ਹੈ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਫॉर ਕਮਿੰਗ ਹੇਅਰ ਤੇ ਅਸੀਂ ਤੁਹਾਨੂੰ ਪਹਿਲਾਂ ਸਭ ਮਤਲਬ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਵੀ ਕੀ ਬਣੂ ਦੁਨੀਆ ਦਾ ਇਹ ਤਾਂ ਮੈਂ ਵਾਗਰ ਤੋਂ ਪੁੱਛ ਰਿਆਂ ਵੀ ਕੀ ਬਣੂਗਾ ਸੱਚੇ ਪਾਤਸ਼ਾਹ ਹੀ ਵਾਗਰੋ ਜਾਣੇ ਉਹ ਹੀ ਜਾਣੇ ਸੱਚੀ ਬਾਤ ਜੋ ਦੁਨੀਆ ਤੇ ਹਾਲਾਤ ਚੱਲਦੇ ਆ ਜਿਸ ਤਰ੍ਹਾਂ ਦੇ ਹਾਲਾਤ ਚੱਲੇ ਨੇ ਕਿ ਤੇਜ਼ ਹੈ ਲੇਕਿਨ ਇਹ ਗਮਕੀ ਆਂਧੀਆਂ ਟਲ ਜਾਣਗੀਆਂ ਇਨ ਚਿਰਾਗੋ ਕੋ ਨਾ ਛੂਨਾ ਉਂਗਲੀਆਂ ਜਲ ਜਾਣਗੀਆਂ ਕੀ ਬਾਤ ਮਤ ਜਲਾਓ ਦੁਲਹਨੋ ਕੋ ਮਾਲੋ ਦੌਲਤ ਕੇ ਲਿਏ ਵਰਨਾ ਇੱਕ ਦਿਨ ਆਪਕੀ ਵੀ ਬੇਟੀਆਂ ਜਲ ਜਾਣਗੀਆਂ ਕੀ ਬਾਤ ਹੈ ਕੀ ਬਾਤ ਹੈ ਤੋਂ ਇਹ ਬੱਚੀਆਂ ਨੂੰ ਬੱਚਿਆਂ ਨੂੰ ਇੱਥੇ ਲੋਕ ਬਹੁਤ ਪਿਆਰ ਕਰਦੇ ਸਤਕਾਰ ਕਰਦੇ ਛੋਟੇ-ਛੋਟੇ ਬੱਚਿਆਂ ਨੂੰ ਫੁੱਲਾਂ ਨੂੰ ਪੌਦਿਆਂ ਨੂੰ ਕੁਦਰਤ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਬਹੁਤ ਵੱਡੀ ਜ਼ਰੂਰੀ ਹੈ। ਸੋ ਸਾਡੇ ਮੁਲਕ ਦੇ ਵਿੱਚ ਵੀ ਇਹ ਚੀਜ਼ਾਂ ਦੇ ਜਾਗ ਲੱਗਣੀ ਚਾਹੀਦੀ ਹੈ, ਜਾਗਰਤ ਹੋਣਾ ਚਾਹੀਦਾ ਹੈ। ਔਰ ਮੇਰੇ ਖਿਆਲ ਨਾਲ Google ਸਭ ਤੋਂ ਵੱਡਾ ਜ਼ਰੀਆ ਹੈ ਇਸ ਵੇਲੇ ਕਿਉਂਕਿ ਜਿਹੜੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਉਹ ਉਹਨਾਂ ਤੱਕ ਪਹੁੰਚਦੀ ਹੈ। ਕੋਈ ਵੀ ਤੁਸੀਂ ਅੱਖਾਂ ਬੰਦ ਕਰੋ ਆਪਣੇ Google ਬਾਬਾ ਜੀ ਨੂੰ ਨਮਸਕਾਰ ਕਰੋ। ਤੁਹਾਡੇ ਕੋਲ ਚੀਜ਼ ਆ ਜਾਂਦੀ ਹੈ। ਤੁਹਾਨੂੰ ਵੀ ਸਾਰੇ ਪੰਜਾਬ ਵਾਲੇ ਬਾਬਾ ਜੀ ਕਹਿੰਦੇ ਦੇਖੋ ਬੱਚੇ ਨੂੰ ਵੀ ਪਤਾ ਲੱਗ ਰਿਹਾ ਵੀ ਤარი ਤੇ ਅਸਲੀ ਖੁਸ਼ੀ ਹੈ ਬਾਤ ਹਾਂਜੀ ਇਹ ਕਈ ਵਾਰੀ ਹੁੰਦਾ ਬੰਦਾ ਸਮਝਣ ਦੀ ਕੋਸ਼ਿਸ਼ ਕਰੇ ਤਾਂ ਵੀ ਨਹੀਂ ਸਮਝ ਆਉਂਦੀ ਤੇ ਉਹ ਨਾ ਸਮਝ ਹੋ ਕੇ ਵੀ ਉਹਨੂੰ ਸਾਰੇ ਸਮਝ ਆ ਰਹੇ ਹਨ ਪੋਲਪਣ ਦੇ ਵਿੱਚ ਖੁਸ਼ੀ ਬਖਸ਼ ਰਹੀ ਹੈ ਸਾਨੂੰ ਵੀ ਛੋਟੇ ਛੋਟੇ ਬੱਚਿਆਂ ਨੂੰ ਇਸੇ ਕਰਕੇ ਮੇਰੇ ਖਾਲ ਤੁਸੀਂ ਉਹ ਵੀਡੀਓ ਦੇਖੀ ਹੋਣੀ ਛੋਟੀ ਬੱਚੀ ਨਾਲ ਬਹੁਤ ਲਾਜਵਾਬ ਵੀਡੀਓ ਮੇਰੇ ਸਾਹ ਹਾਂਜੀ ਮੇਰੇ ਇਟਸ ਅਮੇজিং ਬੇਸਿਕਲੀ ਹੀ ਹੈਡ ਅ ਸ਼ੋਅ ਇਨ ਅਰੀਜ਼ੋਨਾ ਐਂਡ ਹੀ ਪੋਸਟਿਡ ਦੈਟ ਵੀਡੀਓ ਵੇਅਰ ਅ ਸਮਾਲ ਗਰਲ ਚਾਈਲਡ ਸ਼ੀ ਕੇਮ ਔਨ ਦ ਫਲੋਰ ਐਂਡ ਹਾਊ ਸ਼ੀ ਹੀ ਇੰਟਰੈਕਟਿਡ ਇਟਸ ਅਮੇজিং ਮੇਰਾ ਦਾ ਐਂਡ ਆਈ ਥਿੰਕ ਇਟ ਨੀਡਸ ਅ ਵੈਰੀ ਸਟਰੋਂਗ ਕੈਰੈਕਟਰ ਇਨ ਆਰਡਰ ਟੂ ਈਵਨ ਟੂ ਡੂ ਦੈਟ ਬਿਕੋਜ਼ ਆਫਨ ਇਫ ਯੂ ਆਰ ਅ ਲਾਈਕ ਈਵਨ ਐਸ ਆਈ ਐਮ ਅ ਵੈਰੀ ਨਰਵਸ ਗਾਈ ਸਿਟਿੰਗ ਹੇਅਰ ਰਾਈਟ ਨਾਓ ਇਟ ਨੀਡਸ ਸਮ ਕਰੇਜ ਟੂ ਡੂ ਥੈਂਕ ਯੂ ਥੈਂਕ ਯੂ ਮਾਮ ਸਾਹਿਬ ਸੋ ਤੁਸੀਂ ਸਾਨੂੰ ਪਲੀਜ਼ ਟੈਲ ਅਸ ਅਬਾਊਟ ਲिटल ਬਿਟ ਅਬਾਊਟ ਯਰ ਜਰਨੀ ਸੋ far ਕਿਵੇਂ ਗੁਰਦਾਸ ਮਾਨਿਕ ਆਈਕਨ ਗੁਰਦਾਸ ਮਾਨ ਤੱਕ ਪਹੁੰਚੇ ਅ ਅੰਗਰੇਜ਼ੀ ਦਾ ਸਫਰ ਵੀ ਹੈ ਨਾ ਇੱਕ ਪੰਜਾਬੀ ਦਾ ਸਫਰ ਹੈ ਕਿ ਅਸੀਂ ਸਫਰ ਸ਼ੁਰੂ ਕੀਤਾ ਸਾਡੇ ਨਾਲ ਕੋਈ ਹਮਸਫਰ ਮਿਲ ਗਿਆ ਤੇ ਸਫਰ ਹਲਕਾ ਹੋ ਗਿਆ ਹੌਲੀ ਹੌਲੀ ਕੱਟ ਗਿਆ ਗੱਲਾਂ ਬਾਤਾਂ ਚ ਸਫਰ ਕੱਟ ਜਾਂਦੇ ਨੇ ਇਹ ਇਹ ਜ਼ਿੰਦਗੀ ਦਾ ਸਫਰ ਜਿਹੜਾ ਹੈ ਤੁਹਾਡੀ ਆਪਣੇ ਕਲਾਮ ਦੇ ਨਾਲ ਤੁਹਾਡੀ ਆਪਣੀ ਸ਼ਾਇਰੀ ਦੇ ਨਾਲ ਤੁਹਾਡੀ ਆਪਣੀ ਸੋਚ ਦੇ ਨਾਲ ریلیਟਡ ਹੈ ਜਿਸ ਤਰ੍ਹਾਂ ਤੁਸੀਂ ਸੋਚਦੇ ਜਾਨੇ ਉਸੇ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਾਂਦੀਆਂ ਹਾਂ ਹਾਂਜੀ ਹਾਂਜੀ ਕਿ ਜੋ ਤੁਸੀਂ ਪੋਜ਼ਿਟਿਵ ਸੋਚਦੇ ਹੋ ਤੇ ਪੋਜ਼ਿਟਿਵ ਮਾਲਕ ਕਿਰਪਾ ਕਰਦਾ ਹੈ ਪਰ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਵਧੀਆ ਗਾਇਕ ਬਣੂੰਗਾ ਗਾਇਕ ਮੈਂ ਵਧੀਆ ਨਹੀਂ ਬਣ ਸਕਿਆ ਪਰ ਜੋ ਮਾਲਕ ਨੇ ਜਿਸ ਤਰ੍ਹਾਂ ਦੀ ਵੀ ਨਾ ਮੈਂ ਸੱਚੀ ਵੇਹ ਘਰ ਪਰਿਵਾਰ ਦੇ ਵਿੱਚ ਜੋ ਕੁਝ ਮੇਰੇ ਪਰਿਵਾਰ ਦੇ ਵਿੱਚ ਗਾਉਂਦੇ ਸੀ ਜਿੰਨਾ ਉਹ ਕੋਈ ਪ੍ਰੋਫੈਸ਼ਨਲ ਨਹੀਂ ਗੋਣ ਤੁਸੀਂ ਮੰਨ ਨਹੀਂ ਸੁਣਿਆ ਅਜੇ ਹਾਏ ਹਾਏ ਯਾਰ ਬਾਕੀ ਕਲਾਂ ਛੱਡੋ ਅੱਜ ਤੁਹਾਨੂੰ ਹੀ ਸੁਣਦੇ ਆ ਜੀ ਨਹੀਂ 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 ਮੈਂ ਕਹਿੰਦਾ ਅਸੀਂ ਜਿੰਨਾ ਨਲਾਇਕ ਗਾਇਕ ਮੈਂ ਆ ਬਈ ਅੰਦਰ ਦੇ ਜਿਹੜੇ ਹਰ ਬੰਦੇ ਦੇ ਅੰਦਰ ਕੋਈ ਨਾ ਕੋਈ ਗੁਣ ਹੈ ਕਲਾਕ ਹੈ ਸੋ ਉਹ ਕਿਤੇ ਨਾ ਕਿਤੇ ਉਜਾਗਰ ਹੋ ਜਾਂਦਾ ਤੁਸੀਂ ਤੁਹਾਡੇ ਅੰਦਰ ਦਾ ਜਿਹੜਾ ਇਹ ਕਾਰੀਗਰੀ ਸੀ ਇਹ ਫਨ ਦਾ ਕਮਾਲ ਸੀ ਤਾਈ ਤੁਸੀਂ ਇਸ ਜਗ੍ਹਾ ਤੇ ਆਇਆ ਹੋ ਹਾਂਜੀ ਹੈਨਾ ਸੋ ਜਿਸ ਤਰ੍ਹਾਂ ਦੀ ਵਿਦਿਆ ਅਸੀਂ ਸਿੱਖਦੇ ਹਾਂ ਉਸ ਤਰ੍ਹਾਂ ਦੀ ਅਸੀਂ ਸੋਚ ਰੱਖਦੇ ਹਾਂ ਕਿ ਅਸੀਂ ਉਸ ਜਗ੍ਹਾ ਤੇ ਜਾਈਏ ਔਰ ਲੋਕਾਂ ਤੱਕ ਆਪਣੀ ਇਸ ਵਿਦਿਆ ਨੂੰ ਵੰਡ ਸਕੀਏ ਸੋ ਮੇਰਾ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਤੇ ਉਦੋਂ ਸੋਚਦੇ ਹੁੰਦੇ ਸੀਗੇ ਮੇਰੇ ਨਾਲ ਦਾ ਇੱਕ ਬੇਲੀ ਸੀਗਾ ਸਾਡਾ ਘਰਾਂ ਚੋਂ ਹੀ ਸੀ ਜਗਦੇਵ ਉਹਦਾ ਨਾਮ ਸੀ ਜੱਗਾ ਜੱਗਾ ਕਹਿੰਦੇ ਹੁੰਦੇ ਸੀ ਤੇ ਅਸੀਂ ਇੱਕ ਦਿਨ ਬਾਹਰ ਨਿਕਲਣਾ ਖੇਤਾਂ ਖੂਤਾਂ ਦੇ ਵਿੱਚ ਤੇ ਗਾਉਣਾ ਉਹਨੇ ਕਹਣਾ ਯਾਰ ਤੂੰ ਕਲਾਕਾਰ ਬਣੇਗਾ ਕਿਸੇ ਨਾ ਕਿਸੇ ਤੇ ਮੈਨੂੰ ਆਪਣਾ ਸੈਕਟਰੀ ਰੱਖੀ ਸਟੇਜ ਸੈਕਟਰੀ ਤੋ ਮੈਨੂੰ ਉਸ ਬੰਦੇ ਦੇ ਅਣਪੋਹਲ ਬੋਲੇ ਹੋਏ ਬੋਲ ਯਾਦ ਆਉਂਦੇ ਆ ਕਿ ਉਸ ਬੰਦੇ ਨੇ ਕਿਹਾ ਸੀ ਕਿ ਤੂੰ ਕਲਾਕਾਰ ਬਣ। ਪਤਾ ਨਹੀਂ ਉਸ ਮਾਲਕ ਦੇ ਅੰਦਰੋਂ ਕੀ ਉਸ ਦੇ ਮੁਖਾਰਬੰਦ ਚੋਂ ਨਿਕਲੇ ਹੋਏਗਾ ਉਸ ਵੇਲੇ ਬੋਲ ਕਿ ਮੈਂ ਪਰ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਪਾਸੇ ਜਾਵਾਂ ਪਰ ਹੌਲੀ-ਹੌਲੀ ਉਹ ਚੀਜ਼ਾਂ ਹੋਈਆਂ ਜਿਵੇਂ ਦੋਸਤਾਂ ਦੇ ਵਿੱਚ ਬੈਠ ਕੇ ਗਾ ਲੈਂਦੇ ਸੀ। ਉਹ ਸ਼ਾਬਾਸ਼ ਇਹਦੇ ਜਾਂ ਕਿਸੇ ਨੇ ਚੁਟਕਲਾ ਸੁਣਾ ਦੇਣਾ ਉਹਨੇ ਚੁਟਕਲੇ ਦੀ ਪ੍ਰਸ਼ੰਸਾ ਹੋ ਜਾਣੀ। ਕਿਸੇ ਨੇ ਮਮਿਕਰੀ ਕਰ ਦੇਣੀ ਉਹਦੀ ਮਿਕਰੀ ਦੀ ਪ੍ਰਸ਼ੰਸਾ ਹੋ ਜਾਣੀ। ਸੋ ਆਪਣੇ ਆਪਣੇ ਤਰੀਕੇ ਨਾਲ ਮਹਿਫਿਲ ਸੱਜ ਜਾਂਦੀ ਸੀ। ਹਾਂਜੀ। ਮਹਿਫਿਲ ਤੋਂ ਸਟੇਜ ਮਿਲ ਗਈ ਸਟੇਜ ਦੇ ਵਿੱਚ ਅਸੀਂ ਡਰਾਮਾ ਕਰਦੇ ਰਹੇ ਹਾਂਜੀ ਹਰਪਾਲ ਠਿਵਾਣਾ ਜੀ ਦੇ ਨਾਲ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਕੁਰਬਾਨੀ ਦੇ ਉੱਤੇ ਨਾਟਕ ਸੀ ਉਹਦੇ ਵਿੱਚ ਮੈਂ ਸੂਫੀ ਫਕੀਰ ਦੀ ਭੂਮਿਕਾ ਨਿਭਾਈ ਸੋ ਉਹ ਇੱਕ ਇੱਕ ਅਦਾਕਾਰ ਵੀ ਮੇਰੇ ਅੰਦਰ ਸ਼ਾਮਲ ਹੋ ਗਿਆ ਇੱਕ ਸਿੰਗਰ ਸੀ ਇੱਕ ਰਾਈਟਰ ਸੀ ਮੇਰੇ ਅੰਦਰ ਹਾਂਜੀ ਤਿੰਨ ਚੀਜ਼ਾਂ ਦਾ ਸੁਮੇਲ ਹੋ ਗਿਆ ਹਾਂਜੀ ਫਿਰ ਬਾਕੀ ਰਹਿ ਗਿਆ ਜਦੋਂ ਅਸੀਂ ਟੈਲੀਵਿਜ਼ਨ ਤੇ ਚਿੱਠੀ ਆਈ ਕਿ ਤੁਸੀਂ ਗਾਉਣਾ ਹੈ ਹਾਂਜੀ ਤਾਂ ਉਹ ਟੈਲੀਵਿਜ਼ਨ ਤੇ ਔਨ ਕਰਕੇ ਲੋਕਾਂ ਨੇ ਦੇਖਿਆ ਕਿ ਇਹ ਜਿਹੜਾ ਮੁੰਡਾ ਹੱਥ ਪੈਰ ਜੇ ਮਾਰ ਕੇ ਗਾਉਂਦਾ ਨਾ ਇਹਦੇ ਅੰਦਰ ਕੁਝ ਹੈ ਤਾਂ ਕਿਸੇ ਨੇ ਉਸ ਉਹਦੇ ਜਿਹੜਾ ਉਸ ਵੇਲੇ ਫਿਲਮ ਦਾ ਡਾਇਰੈਕਟਰ ਸੀ ਹਾਂਜੀ ਹਰੀਦੱਤ ਜੀ ਸਰਦਾਰ ਭਗ ਸਿੰਘ ਹੋਰਾਂ ਨੂੰ ਕਹਿੰਦਾ ਕਿ ਇਹ ਮੁੰਡੇ ਨੂੰ ਲੈ ਕੇ ਆਪਾਂ ਫਿਲਮ ਬਣਾਈਏ ਹਾਂਜੀ ਔਰ ਇਹਦੇ ਗਾਣੇ ਜਿਹੜੇ ਹੈ ਦਿਲ ਦਾ ਮਾਮਲਾ ਹੈ ਮਾਮਲਾ ਗੜਬੜੇ ਸਾਰੇ ਗਾਣੇ ਜਿੰਨੇ ਵੀ ਉਹਦੇ ਹਿੱਟ ਸੌਂਗ ਹੋ ਗਏ ਨੇ ਉਹ ਸਾਰੇ ਇਸ ਫਿਲਮ ਦੇ ਵਿੱਚ ਪਾ ਕੇ ਉਹਦੇ ird gird ਕਹਾਣੀ ਬੁਣੀ ਜਾਏ ਹਾਂਜੀ ਸੋ ਫਿਰ ਫਿਲਮ ਦਾ ਦੌਰ ਸ਼ੁਰੂ ਹੋ ਗਿਆ ਸੋ ਪਹਿਲਾ ਮਹਿਫਿਲ ਫਿਰ ਸਟੇਜ ਫਿਰ ਸਟੇਜ ਤੋਂ ਟੈਲੀਵਿਜ਼ਨ ਟੈਲੀਵਿਜ਼ਨ ਤੋਂ ਫਿਲਮ ਇਹ ਇਹ ਸਫਰ ਸੀ ਚੋ ਸੋ ਇਹਦੇ ਤੋਂ ਵੀ ਥੋੜਾ ਜਿਹਾ ਪਿੱਛੇ ਜਾਈਏ ਮੈਂ ਤੁਹਾਡੀ ਇੱਕ ਸਟੋਰੀ ਸੁਣੀ ਹੋਈ ਹੈ ਸਾਈਕਲ ਰੱਬ ਸਾਈਕਲ ਲੇਗਾ ਤੇ ਕਾਰ ਦੇ ਦੇਗਾ ਹਾਂ ਤੇ ਨਾਲੇ ਇੱਕ ਹੋਰ ਸਰਟੀਫਿਕੇਟ ਦੀ ਸਟੋਰੀ ਸੁਣਾਉ ਤੁਹਾਨੂੰ ਬਿਕੋਜ਼ ਆਈ ਹਰਡ ਕਿ ਗੁਰਦਾਸ ਮਾਨ ਜੀ ਇਜ਼ ਐਨ ਐਕਸੀਡੈਂਟਲ ਆਰਟਿਸਟ ਹੋਏ ਮੇਰਾ ਸੋ ਸਰਟੀਫਿਕੇਟਾਂ ਦੀ ਕਿਉਂਕਿ ਹਰ ਬੰਦਾ ਆਪਣੇ ਸਰਟੀਫਿਕੇਟਸ ਸੰਭਾਲ ਕੇ ਰੱਖਦਾ ਕਿਉਂਕਿ ਸਰਟੀਫିକੇਟ ਉਹਦੀ ਕਮਾਈ ਹੈ ਸਾਰੀ ਉਮਰ ਦੀ ਕਮਾਈ ਜਦੋਂ ਤੱਕ ਉਹ ਵਿਦਿਆਪ ਸ਼ੁਰੂ ਕਰਦਾ ਪ੍ਰਾਇਮਰੀ ਤੋਂ ਲੈ ਕੇ ਪੜਦਾ ਹੈ ਉੜਾੜਾ ਸਿੱਖਦਾ ਹੈ ਉਸ ਤੋਂ ਲੈ ਕੇ ਉਸਦੇ ਆਖਰੀ ਦਿਨ ਜਦੋਂ ਉਸ ਨੂੰ ਡਿਗਰੀ ਮਿਲਦੀ ਹੈ ਔਰ ਅਲਵਦਾਏਗੀ ਉਸ ਨੂੰ ਮਿਲਦੀ ਹੈ ਕਿ ਲੈ ਪਾਈ ਹੁਣ ਤੂੰ ਜਾ ਕੇ ਕੰਮ ਕਰ ਕੁਝ ਸਾ ਉਹ ਸਾਰੇ ਸਰਟੀਫਿਕੇਟ ਮੇਰੇ ਸੰਭਾਲੇ ਹੋਏ ਸੀ ਤੇ ਜਿੱਥੇ ਜਿੱਥੇ ਹੁਣ ਉਹਦੀ ਇੰਟਰਵਿਊ ਦੀ ਕਾਲ ਆਉਂਦੀ ਸੀ ਤੇ ਮੈਨੂੰ ਉੱਥੇ ਇੰਟਰਵਿਊ ਦੇ ਲਈ ਜਾਣਾ ਪੈਂਦਾ ਸੀ ਪਹਿਲੇ ਦਿਨ ਤਾਂ ਮੇਰੀ ਉਹ ਇੰਟਰਵਿਊ ਆਈ ਨਹੀਂ ਹਾਂਜੀ ਕੋਈ ਹੋਰ ਹੀ ਲੈ ਗਿਆ ਬਾਦੀ ਕਿਉਂਕਿ ਉਹ ਮੇਰੇ ਉਹ ਜਿਹੜਾ ਕਾਰਡ ਸੀ ਉਹ ਨਿਕਲ ਨਹੀਂ ਦਿੱਤਾ ਐਮਪਲਾਈਮੈਂਟਿਕਸ ਐਕਸਚੇਂਜ ਦੇ ਵਿੱਚੋਂ ਜਿਹੜੇ ਕਾਰਡ ਮਿਲਦੇ ਹਨ ਉਹ ਤੁਹਾਡੇ ਘਰ ਦੇ ਵਿੱਚ ਪਹੁੰਚਦਾ ਹੈ ਫਿਰ ਤੁਸੀਂ ਉਹਦੇ ਮੁਤਾਬਕ ਜਾਂਦੇ ਮੈਂ ਆਪਣੇ ਦੋਸਤ ਨੂੰ ਕਿਹਾ ਬਾਬਾ ਜੀ ਸੀ ਉਹ ਮੈਂ ਕਿਹਾ ਯਾਰ ਇਹ ਕਾਰਡ ਨਹੀਂ ਨਿਕਲਿਆ ਕਹਿੰਦੇ ਆਪਾਂ ਯੂਨੀਵਰਸਿਟੀ ਚੱਲਦੇ ਯੂਨੀਵਰਸਿਟੀ ਦੇ ਵਿੱਚੋਂ ਉਹ ਕਹਿੰਦੇ ਤੁਸੀਂ ਸਵੇਰੇ 9 ਵਜੇ ਆਓ ਇੱਥੇ ਹਾਂਜੀ ਕਹਿੰਦੇ ਯਾਰ 9 ਵਜੇ ਤੋਂ 10 ਵਜੇ ਤੱਕ ਉੱਥੇ ਬੁਲਾਇਆ ਸਾਨੂੰ ਚੰਡੀਗੜ੍ਹ ਤੇ 9 ਵਜੇ ਆਪਾਂ ਇਥੋਂ ਮੁਸ਼ਕਲ ਹੋ ਜਾਣਾ। ਹਾਂਜੀ। ਚਲੋ ਕਹਿੰਦੇ ਤੁਸੀਂ ਮੈਂ ਪਹਿਲਾਂ ਆ ਜਾਊਂਗਾ। ਹਾਂਜੀ। ਤੁਸੀਂ 8:30 ਵਜੇ ਆਇਆ ਨਾ ਪਰ ਤੁਹਾਡਾ ਮੈਂ ਸੰਭਾਲ ਕੇ ਰੱਖੂਗਾ ਤੁਸੀਂ ਲੈ ਜਾਣਾ। ਉਹ ਸੀ ਉਹ ਲਿਆ ਮੋਟਰਸਾਈਕਲ ਉਹਦਾ ਸੀਗਾ। ਮੁੰਡੇ ਦਾ। ਹਾਂਜੀ। ਜਾਵਾ ਸੀ ਉਹਦਾ ਨਾਮ ਬਾਵਾ ਸੀ। ਮੋਟਰਸਾਈਕਲ ਜਾਵਾ। ਕੀ ਬਾਤ ਹੈ। ਤੇ ਉਸ ਨੂੰ ਅਸੀਂ ਲੈ ਕੇ ਚਲੇ ਗਏ ਬਨੂੜ ਕੋਲੇ ਜਾ ਕੇ ਉਹ ਮੋਟਰਸਾਈਕਲ ਖਰਾਬ ਹੋ ਗਿਆ। ਹਾਂਜੀ। ਦੋ ਚਾਰ ਤੱਕੇ ਮਾਰੇ ਕਿਉਂਕਿ ਤੱਕੇ ਵੀ ਮੈਨੂੰ ਮਾਰਨੇ ਪੈਣੇ ਸੀ ਹਾਂਜੀ ਆਪਣੀ ਆਪਣੀ ਕਿਸਮਤ ਨੂੰ ਖੁਦ ਹੀ ਤੱਕੇ ਮਾਰਨੇ ਮੈਂ ਤਾਂ ਹੀ ਤੁਰਦੀ ਆ ਗਿਆ ਵਿਹਲੇ ਬੈਠ ਕੇ ਨਕਮੇ ਪੂਰੀਆਂ ਨਹੀਂ ਪੈਂਦੀ ਹਾਂਜੀ ਜਿੱਥੇ ਰਹਿਮਤਾ ਨੇ ਜਿੱਥੇ ਮਿਹਨਤਾ ਨੇ ਰਹਿਮਤਾ ਵੀ ਉੱਥੇ ਰਹਿੰਦੀ ਆ ਵਿਹਲੇ ਬੈਠ ਕੇ ਨਕਮੇ ਪੂਰੀਆਂ ਨਹੀਂ ਪੈਂਦੀ ਹਾਂਜੀ ਕੀ ਬਾਤ ਹੈ ਕਰ ਜੋਤਸ਼ੀ ਬੁલાਏ ਹੱਥ ਪੈਰ ਵੀ ਆ ਕਰ ਜੋਤਸ਼ੀ ਬੁલાਏ ਰਾਹੁ ਕੇਤੂ ਵੀ ਦਿਖਾਏ ਜੇ ਹੱਥ ਪੈਰ ਨਾਲ ਚਲਾਏ ਤੇ ਤਕਦੀਰ ਕੀ ਕਰੇ ਜਦੋਂ ਮੰਗਣਾ ਨਾ ਆਵੇ ਤੇ ਫਕੀਰ ਕੀ ਕਰੇ ਕੀ ਬਾਤ ਹੈ ਕੀ ਬਾਤ ਹੈ ਮੱਥਾ ਟੇਕਣਾ ਨਾ ਆਵੇ ਗੁਰੂ ਫਕੀਰ ਕੀ ਕਰੇ ਕੀ ਬਾਤ ਸੋ ਚੀਜ਼ਾਂ ਜ਼ਿੰਦਗੀ ਨੂੰ ਇਹ ਆਪ ਹੀ ਰੇੜ ਨਾ ਪੈਂਦਾ ਤਾਂ ਹੀ ਤੁਰਦੀ ਆ ਬੰਦ ਹਾਂਜੀ ਸੋ ਉਸ ਰੋੜਨ ਲਈ ਆਪਣੇ ਆਪ ਨੂੰ ਮਿਹਨਤ ਮੁਸ਼ਕਤ ਕਰਨੀ ਜ਼ਰੂਰੀ ਹੈ ਸੋ ਤਕੇ ਕਾਫੀ ਮਾਰ ਲੇ ਮੈਂ ਕਿਹਾ ਬਾਬਾ ਜੀ ਇਹਨੇ ਨਹੀਂ ਚੱਲਣਾ ਕਿਉਂਕਿ ਕੁਦਰਤ ਦੀ ਮਨਸ਼ਾ ਨਹੀਂ ਹੈ ਕਿ ਮੈਂ ਧਰਲੇ ਪਾਸੇ ਜਾਵਾਂ ਜੇ ਮਨਸ਼ਾ ਹੁੰਦੀ ਤਾਂ ਇਹ ਕਾਰਡ ਸਭ ਤੋਂ ਪਹਿਲਾਂ ਮੇਰੇ ਕੋਲੇ ਆਉਣਾ ਸੀ proper ਤਰੀਕੇ ਨਾਲ ਆਉਣਾ ਸੀ ਤੇ ਮੈਂ ਆਰਾਮ ਨਾਲ ਜਾਣਾ ਸੀ ਬੱਸ ਦੇ ਵਿੱਚ ਜਾਣਾ ਸੀ ਜਾਂ ਕਿ ਮੈਂ ਉੱਥੇ ਪਹੁੰਚ ਜਾਣਾ ਸੀ ਮੈਂ ਕਿਹਾ ਪਹਿਲਾਂ ਤਾਂ ਉਹ ਨਹੀਂ ਆਇਆ ਫਿਰ ਇਹ ਨਹੀਂ ਆਇਆ ਫਿਰ ਆ ਹੁਣ ਜਿਹੜਾ ੱਤਕਾ ਵੱਜ ਰਿਹਾ ਇਹ ਇਹ ਮੇਰਾ ਖਿਆਲ ਆ ਆਪਣਾ ਰਾਹ ਨਹੀਂ ਹੈ ਹਾਂਜੀ ਜਿਹੜੇ ਰਾਹ ਦਾ ਪਤਾ ਨਾ ਹੋਵੇ ਉਸ ਪਾਤੇ ਨਾ ਜਾਈਏ ਸੋ ਛੱਡਿਆ ਜੀ ਉੱਥੋਂ ਉਸ ਨੂੰ ੱਤਕਾ ਮਾਰਦੇ ਮਾਰਦੇ ਸੀ ਬਨੂੜ ਥੋੜਾ ਤਾਂ ਅੱਗੇ ਚਲੇ ਗਏ ਸੀ ਉੱਥੋਂ ਵਾਪਸ ਲਿਆਂਦਾ ਇੱਕ ਟਰਾਲੀ ਆਈ ਟਰਾਲੀ ਦਾ ਸੰਗਲ ਜਾਂ ਫੜਿਆ ਤੇ ਉੱਥੋਂ ਤੱਕ ਅਸੀਂ ਲੈ ਕੇ ਆ ਗਏ ਉੱਥੇ ਆ ਕੇ ਵਰਕਸ਼ਾਪ ਤੇ ਉਹਨੂੰ ਜਦੋਂ ਉਹਦਾ ਪਾਨਾ ਉਹਦਾ ਕੀ ਹੁੰਦਾ ਜਿਹੜਾ ਪਲੱਗ ਪਲੱਗ ਹਾਂ ਉਹਦੀ ਕਾਰਬਨ ਕੁਰਬਨ ਜੀ ਉਹ ਸਾਫ਼ ਹੋਈ ਉਹ ਕਿੱਕ ਮਾਰੀ ਤੇ ਚੱਲ ਪਿਆ ਅਸੀਂ ਉੱਥੋਂ ਵੀਰਾਂ ਲਈਆਂ ਮੈਂ ਕਿਹਾ ਹੁਣ ਗਮ ਕੋ ਬੁਲਾਇਆ ਜਾਏ ਥੋੜੀ ਥੋੜੀ ਤੀਤੀ ਮੈਂ ਕਿਹਾ ਤੂੰ ਐ ਕਰ ਯਾਰ ਬਹੁਤ ਕੁਝ ਹੋ ਗਿਆ ਆ ਸਰਟੀਫਿਕੇਟ ਤੂੰ ਮੇਰੇ ਸੰਭਾਲ ਮੈਨੂੰ ਹੁਣ ਮੋਟਰਸਾਈਕਲ ਸਿਖਾ ਕੇ ਦੇਵੇਂ ਚੱਲੇ ਕੋਈ ਨਾ ਕੋਈ ਤਾਂ ਚੀਜ਼ ਸਿੱਖੀ ਅੱਜ ਯਾਰ ਕੋਈ ਨਵੀਂ ਚੀਜ਼ ਕਹਿੰਦੇ ਆ ਜਾ ਇਸ ਤਰ੍ਹਾਂ ਹੁੰਦਾ ਏ ਆ ਕਲੱਚ ਹੁੰਦਾ ਏ ਹੁੰਦਾ ਗੇਅਰ ਐ ਇਸ ਤਰ੍ਹਾਂ ਪੈਂਦੇ ਆ ਉਹ ਸਾਰੀਆਂ ਚੀਜ਼ਾਂ ਮੈਨੂੰ ਸਿਖਾ ਕੇ ਮੈਨੇ ਸਰਟੀਫਿਕੇਟ ਉਹਨੂੰ ਫੜਾਤੇ ਸਰਟੀਫਿਕੇਟ ਜਦੋਂ ਮੈਂ ਉਸਨੂੰ ਫੜਾਏ ਤੇ ਉਹ ਵੀ ਹਵਾ ਪਿਆਜੀ ਹੋ ਗਿਆ ਸੀ ਪਹਿਲਾਂ ਹੀ ਜਦੋਂ ਹਵਾ ਲੱਗਦੀ ਹੈ ਤੇ ਜ਼ਿਆਦਾ ਚੜਦੀ ਹੈ ਚੀਜ਼ ਸੋ ਲੈ ਕੇ ਆਉਂਦੇ ਰਹੇ ਰਾਜਪੁਰੇ ਆ ਕੇ ਜਦੋਂ ਮੈਂ ਦੇਖਿਆ ਹੁਣ ਮੈਂ ਕਿਹਾ ਯਾਰ ਇੱਥੇ ਪੀੜ ਪੜਕਾ ਹੋ ਜਾਣਾ ਸੜਕ ਤੇ ਆਪਾਂ ਆ ਗਏ ਖੁੱਲੀ ਸੜਕ ਸੀ ਤੇ ਹੁਣ ਅੱਗੇ ਸ਼ਹਿਰ ਆ ਜਾਣਾ ਤੇ ਇੱਥੇ ਮੈਨੂੰ ਮੁਸ਼ਕਲ ਹੋ ਜਾਣੀ ਤੇ ਹੁਣ ਤੂੰ ਅੱਗੇ ਆ ਜਾ ਮੈਂ ਪਿੱਛੇ ਬੈਠਦਾ ਤੇ ਜਦੋਂ ਉਹਨੇ ਮੈਨੂੰ ਸਰਟੀਫਿਕੇਟ ਫੜਾਏ ਤੇ ਮੈਂ ਦੇਖਿਆ ਤਾਂ ਜਿਹੜਾ ਇਹ ਤਾਂ ਜਿਹੜਾ ਭਾਰਤ ਨੂੰ ਦਿੱਤਾ ਸੀ ਉਹ ਤਾਂ ਦਸਾਰਾ ਹੌਲਾ ਕਰਿਆ ਉਹ ਮੇਰੇ ਸਾਹ ਪਿੱਛੇ ਮੋੜੀ ਅਸੀਂ ਗੱਡੀ ਜੀ ਅ ਮੋਟਰਸਾਈਕਲ ਜਿਹੜਾ ਸੀ ਛੇ ਦੇਖਿਆ ਜੁਆਕਾਂ ਨੇ ਪੂਪਣੀਆਂ ਬਣਾਈਆਂ ਵੇ ਐ ਕਰਕੇ ਨੰਗੇ ਤੜੰਗੇ ਉਹ ਜੁਆਕ ਸੜਕ ਤੇ ਕੰਮ ਕਰਨ ਵਾਲੇ ਸੀਗੇ ਰੋਡ ਦੇ ਉੱਤੇ ਕੰਮ ਕਰਨ ਵਾਲੇ ਸੀਗੇ ਸੜਕਾਂ ਉਹ ਤਾਂ ਬਣ ਰਹੀਆਂ ਸੀਗੀਆਂ ਅੱਛੀਆਂ ਤਾਂ ਕੋਈ ਖਾਲੇ ਜੋ ਚੁੱਕਿਆ ਕੋਈ ਉਧਰ ਜਾ ਕੇ ਕਿਸੇ ਖੇਤ ਦੇ ਵਿੱਚੋਂ ਚੁੱਕ ਚੁੱਕ ਕੇ ਲਿਆਂਦੇ ਸਾਰੇ ਸਰਟੀਫਿਕੇਟ ਵੇਰਾ 10ਵੀਂ ਦਾ ਸਰਟੀਫਿਕੇਟ ਪਾੜਿਆ ਵਿਆ ਉਹ ਕਹਿੰਦੇ ਉਹਨਾਂ ਨੂੰ ਪੁੱਛਿਆ ਯਾਰ ਇਹ ਕਿਉਂ ਪਾੜਦੇ ਕਹਿੰਦਾ ਯਾਰ ਸਾਡੇ ਵਾਸਤੇ ਤਾਂ ਇਹ ਕੋਈ ਕੋਈ ਕੁਝ ਬਾਟ ਰਹੇ تھے ਐਸੇ ਲੱਗਦਾ ਥਾ ਉਹ ਬੱਚੋ ਨੇ ਫਾੜ ਦਿਆ ਤਾਂ ਹਮ ਕੀ ਕਰੇ ਉਹ ਘਰ ਜਾ ਕੇ ਜਦੋਂ ਰਾਤ ਨੂੰ ਮੈਂ ਉਸ ਨੂੰ ਲੇਵੀ ਲਾ ਲਾ ਕੇ ਜੋੜਨਾ ਸ਼ੁਰੂ ਕੀਤਾ ਮੈਂ ਬਹੁਤ ਭਾਵੁਕ ਹੋਇਆ ਰੋਇਆ ਮੇਰੇ ਆਪਣੀ ਫਟੀ ਹੋਈ ਕਿਸਮਤ ਨੂੰ ਸੋ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹਿੱਸਾ ਇਹੀ ਸੀਗਾ ਕਿ ਜੋ ਪ੍ਰਮਾਤਮਾ ਨੇ ਰਾਹ ਲਿਖਿਆ ਨਾ ਉਹੀ ਹੋਣਾ ਹੈ ਹਾਂਜੀ ਮਿਲਣਾ ਵੀ ਉਹੀ ਹੈ ਪਰ ਉਸ ਲਈ ਮੁਸ਼ਕਲ ਕਰਨੀ ਜ਼ਰੂਰੀ ਹੈ ਇਹ ਵੀ ਮੁਸ਼ਕਲ ਦਾ ਇੱਕ ਹਿੱਸਾ ਸੀ ਜੇ ਚੀਜ਼ਾਂ ਨਾ ਕੀਤੀਆਂ ਹੁੰਦੀਆਂ ਤਾਂ ਜ਼ਿੰਦਗੀ ਦਾ ਪਤਾ ਨਹੀਂ ਲੱਗਣਾ ਸੀ ਅਹਿਸਾਸ ਹੀ ਨਹੀਂ ਹੋਣਾ ਸੀ ਕਿ ਕਿਵੇਂ ਮਿਲਦੀ ਹੈ ਕਮਾਈ ਹੁੰਦੀ ਕੀ ਹੈ ਕਮਾਈ ਦਾ ਅਸਲੀ ਅਹਿਸਾਸ ਉਦੋਂ ਹੁੰਦਾ ਆਪਣੀ ਜੇਬ ਜਦੋਂ ਆਉਂਦੀ ਹੈ ਨਾ ਜਿਹੜੀ ਚੀਜ਼ ਉਹਦਾ ਉਹਦੇ ਵਿੱਚ ਹੈ ਸਾਈਕਲ ਦੇ ਵਿੱਚ ਹਾਂਜੀ ਸਾਈਕਲ ਮੇਰੀ ਜ਼ਿੰਦਗੀ ਦਾ ਉਹ ਗੀਤ ਹੈ ਜਿਹੜਾ ਮੈਂ ਤੁਹਾਨੂੰ ਉਹਦੀ ਲਾਸਟ ਲਾਈਨ ਆ ਸੁਣਾਉਣਾ ਹੈ। ਆਣੀ ਕੁੜੀਏ ਜਿਉਣ ਜੋਗੀਏ। ਦਰਦ ਦਿਲਾਂ ਨੂੰ ਛੋਇਆ। ਆਣੀ ਕੁੜੀਏ ਵੇਖਨੀ ਕੁੜੀਏ ਦਰਦ ਦਿਲਾਂ ਨੂੰ ਛੋਇਆ। ਪਹਿਲੀ ਨੇਕ ਕਮਾਈ ਵਾਲਾ ਮੇਰਾ ਸਾਈਕਲ ਚੋਰੀ ਹੋਇਆ। ਕਿਸੇ ਗਵਾਚੀ ਚੀਜ਼ ਲਈ ਮੈਂ ਪਹਿਲੀ ਵਾਰੀ ਰੋਇਆ ਐਨਾ ਰੋਇਆ। ਐਨਾ ਰੋਇਆ ਕਿ ਇੱਕ ਫਕੀਰ ਖੁਦਾ ਦਾ ਬੰਦਾ मेरे अगे आन खलोया कहन लगा तुम क्या लाए थे क्या लाए थे क्या था जो अब खोया मैं क्या बाबा जी मेरा साइकिल चोरी होया कहता साइकिल चोरी होया वो तो साइकिल लेके गाड़ी देगा तू क्या जाने मोया मोया जो मर गया जो मिट गया जो खो गया इंसान मर जाएगा अभिमान मर जाएगा तेरे अंदर का मान मर जाएगा मर जाना गुरदास मान मैं उस दिन तो होया क्या बात है क्या बात है

ਉਸ ਤੋਂ ਬਾਅਦ ਮੈਨੂੰ ਕਾਲ ਆਈ ਇਹਨਾਂ ਦੀ ਗੋਆ ਦੀ ਹਾਂਜੀ ਗੋਆ ਜਾਣ ਵਾਸਤੇ ਜਿਹੜੇ ਮੈਂ ਡਿਪਲੋਮਾ ਕੀਤਾ ਸੀ ਜੁੜੋ ਦਾ ਤੇ ਜੁੜੋ ਦਾ ਨੈਸ਼ਨਲ ਕੋਚ ਅਸੀਂ ਉਸ ਐਨਆਈਐਸ ਦੇ ਵਿੱਚੋਂ ਉਹਦੇ ਵਿੱਚ ਮੇਰਾ ਨਾਮ ਵੀ ਸੀਗਾ ਸਾਡੇ 22 ਮੁੰਡਿਆਂ ਦੇ ਵਿੱਚੋਂ ਸਾਡੇ ਪਹਿਲਾ ਜਿਹੜਾ ਫਰਸਟ ਬੈਚ ਸੀਗਾ ਉਹਦੇ ਵਿੱਚ ਉਹਨਾਂ ਨੇ ਸਾਡੇ ਜਾਪਾਨੀ ਕੋਚ ਨੇ ਸਿਰਫ 12 ਮੁੰਡੇ ਚਾਂਟੇ ਸੀ ਹਾਂਜੀ ਦੋ ਕੁੜੀਆਂ 12 ਮੁੰਡੇ ਸੋ ਉਹ ਟੀਮ ਦੇ ਵਿੱਚੋਂ ਮੇਰਾ ਕਿਉਂਕਿ ਇੰਟਰਵਿਊ ਦੇ ਵਿੱਚੋਂ ਤਾਂ ਚਲੀਆਂ ਗਈਆਂ ਸਾਰੀਆਂ ਚੀਜ਼ਾਂ ਪਰ ਬਾਅਦ ਦੇ ਵਿੱਚ ਉਹ ਐਨਆਈਐਸ ਦਾ ਆਇਆ ਕਿ ਤੁਸੀਂ ਗੁਆਹ ਵਾਸਤੇ ਸਿਲੈਕਟ ਹੋ ਚੁੱਕੇ ਹੋ ਤਾਂ ਤੁਸੀਂ ਆਪਣੀ ਨੌਕਰੀ ਜੁਆਇਨ ਕਰ ਲੋ ਜਾ ਕੇ ਹਾਂਜੀ ਪਰ ਫਿਰ ਅਸੀਂ ਦੁਨੀਆ ਦੇ ਵਿੱਚ ਮਾਲਕ ਨੇ ਇੰਨੀ ਕਿਰਪਾ ਕੀਤੀ ਕਿ ਟੈਲੀਵਿਜ਼ਨ ਤੇ ਪ੍ਰੋਗਰਾਮ ਆਉਣੇ ਸ਼ੁਰੂ ਹੋਏ ਹੌਲੀ ਹੌਲੀ ਪ੍ਰੋਗਰਾਮ ਬਣਨੇ ਸ਼ੁਰੂ ਹੋਏ ਫਿਰ ਮਜੀਦ ਨੇ ਨਾਲ ਮੇਰਾ ਵਿਆਹ ਹੋ ਗਿਆ ਸੋ ਵਿਆਹ ਦੇ ਨਾਲ ਜਿਹੜੀਆਂ ਚੀਜ਼ਾਂ ਜੜੀਆਂ ਇੱਕ ਮੇਰੇ ਇਕੱਲੇ ਦੇ ਭਾਕ ਫਿਰ ਦੋ 11 ਹੋ ਗਏ ਹਾਂਜੀ ਕਹਿੰਦਾ ਹੁੰਦਾ ਨਾ ਇਕੱਲੇ ਦੀ ਕੋਈ ਜਿਹੜੀ ਪਾਵਰ ਨਹੀਂ ਐ ਜਦੋਂ ਨਾਲ ਕੋਈ ਚੀਜ਼ ਦੂਸਰੀ ਪਾਵਰ ਸ਼ੁਰੂ ਹੋ ਜਾਏ ਤਾਂ ਫੇਰ ਪਲੱਸ ਪੁਆਇੰਟ ਹੋ ਜਾਂਦੇ ਇੱਕ ਦੇ ਭਾਗ ਇਕੱਲੇ ਦੇ ਦੋ ਭਾਗ ਸੋ ਬੇਸਿਕਲੀ ਤੁਹਾਡੇ ਸਰਟੀਫਿਕੇਟ ਤੇ ਮਨਜੀਤ ਜੀ ਨੇ ਤੁਹਾਨੂੰ ਇੱਥੇ ਪਹਛਾਤਾ ਮਨਜੀਤ ਮੇਰਾ ਉਹ ਸਰਟੀਫਿਕੇਟ ਸੀ ਜਿਹੜੇ ਸਾਰੇ ਸਰਟੀਫਿਕੇਟਾਂ ਦੇ ਉੱਤੇ ਆ ਗਿਆ ਕੀ ਬਾਤ ਹੈ ਲੱਭੀ ਹੋਈ ਚੀਜ਼ ਨਾ ਗਵਾਇਓ ਸੋਣੋ ਗੁਰੂ ਦੀ ਗਰੀਬ ਦੀ ਕਿਸੇ ਬਦਨਸੀਬ ਦੀ ਮੂੰਹੋਂ ਬਦਦੁਆ ਨਾ ਕਢਾਇਓ ਸੋਣਿਓ ਲੱਭੀ ਹੋਈ ਚੀਜ਼ ਨਾ ਗਵਾਇਓ ਸੋ ਰੱਬ ਰੁਸ ਜਾਵੇ ਬਾਦਸ਼ਾਹੀਆਂ ਰੁਸ ਜਾਂਦੀਆਂ ਗੁਰੂ ਰੁਸ ਜਾਵੇ ਵਡਿਆਈਆਂ ਰੁਸ ਜਾਂਦੀਆਂ ਮਾਪੇ ਰੁਸ ਜਾਣ ਤੇ ਖੁਦਾਈਆਂ ਰੁਸ ਜਾਂਦੀਆਂ ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣੇ ਲੱਭੀ ਹੋਈ ਚੀਜ਼ ਨਾ ਕੋਾਇਓ ਕੀ ਬਾਤ ਜੀ ਬਾਕੀ ਪਰ ਤੁਹਾਡੀ Google ਡੱਬੀਆਂ ਹੋਈਆਂ ਚੀਜ਼ਾਂ ਵੀ ਲੱਭ ਦਿੰਦੀਆਂ ਬਿਲਕੁਲ ਥੈਂਕ ਯੂ ਹੋਈਆਂ ਚੀਜ਼ਾਂ ਲੱਭ ਦਿੰਦੇ ਹੈ ਨਾ ਸਰਟੀਫਿਕੇਟ ਲੱਭ ਜਾਣੇ ਦੇ ਦੇਖੋ ਯੋ ਤਾਂ Google ਹੁੰਦੀ ਤੇ ਲੱਭ ਜਾਣੇ ਦੇ ਕਿਤੇ ਤੇ ਤੁਸੀਂ ਆਪਣੀ ਮਤਲਬ ਵਟ ਡੂ ਕਨਸੀਡਰ ਐਸ ਯੋਰ ਬੈਸਟ ਪਰਫਾਰਮੈਂਸ ਸੋ ਫਾਰ ਬੈਸਟ ਪਰਫਾਰਮੈਂਸ ਮੇਰਾ ਖਿਆਲ ਹੈ ਮੈਨੂੰ ਹਮੇਸ਼ਾ ਹੀ ਲੱਗਦਾ ਕਿ ਡਰ ਲੱਗਦਾ ਰਹਿੰਦਾ ਮੈਂ ਸਟੇਜ ਤੇ ਜਾਣ ਤੋਂ ਪਹਿਲਾਂ ਹੁਣ ਇੱਥੇ ਆਉਣ ਤੱਕ ਪਹਿਲਾਂ ਹੌਲੀ ਹੌਲੀ ਉਹ ਡਰ ਖੁੱਲਦਾ ਜਾਂਦਾ ਕਿਉਂਕਿ ਜਦੋਂ ਪਤਾ ਲੱਗਦਾ ਨਾ ਕਿ ਸਾਰੇ ਮੇਰੇ ਵਰਗੇ ਹੀ ਆ ਮੇਰੇ ਨਾਲ ਜੁੜੇ ਹੋਏ ਆ ਮੇਰੇ ਨਾਲ ਕਨੈਕਟ ਹੋ ਗਏ ਸੋ ਸਾਰੀਆਂ ਚੀਜ਼ਾਂ ਦੇ ਪੈਓ ਤੋਂ ਦੂਰ ਹੋ ਜਾਂਦੇ ਜਦੋਂ ਉਹਨਾਂ ਨੂੰ ਪਤਾ ਅਹਿਸਾਸ ਹੋ ਜਾਂਦਾ ਕਿ ਕਿ ਉਹਦੀਆਂ ਵਾਈਬ੍ਰੇਸ਼ਨਸ ਐਨੀਆਂ ਜੁੜ ਜਾਂਦੀਆਂ ਉਹ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ ਹਾਂਜੀ ਜਦੋਂ ਕਨੈਕਟੀਵਿਟੀ ਹੋ ਜਾਂਦੀ ਹੈ ਫਿਰ ਰੱਬ ਖੁਸ਼ ਹੋ ਜਾਂਦਾ ਰੱਬ ਖੁਸ਼ ਹ ਤੇ ਮਸਤੀ ਆ ਜਾਂਦੀ ਹੈ ਵਜੂਦ ਦੇ ਵਿੱਚ ਰਹਿੰਦਾ ਬੰਦਾ ਕੋਈ ਵਾਕਿਆ ਹੈ ਕੋਈ ਐਸਾ ਵਾਕਿਆ ਹੋਏ ਕਿਸੇ ਪਰਫਾਰਮੈਂਸ ਤੇ ਪਰਫਾਰਮੈਂਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੋਈਆਂ ਕਿ ਇੱਕ ਵਾਰ ਇਹ ਥੱਲਿਓਂ ਉਹ ਕਹਿੰਦੇ ਯਾਰ ਇਹਦੀ ਬਹੁਤ ਮੈਂ ਹਮੇਸ਼ਾ ਸਾਦਗੀ 'ਚ ਬਹੁਤ ਬਿਲੀਵ ਕਰਦਾ ਕਿ ਨਹੀਂ ਯਾ ਮੇਰੀ ਐਂਟਰੀ ਇੱਥੋਂ ਹੀ ਹੋਣੀ ਚਾਹੀਦੀ ਹੈ ਮੈਂ ਉੱਥੋਂ ਦੀ ਜਾਣਾ ਔਰ ਉਥੋਂ ਦੇ ਸਾਰਿਆਂ ਨੂੰ ਫਤਿਹ ਬਜਾਉਂਦੇ ਹੋਏ ਬੁਲਾਉਂਦੇ ਹੋਏ ਗੁਜ਼ਾਰਦੇ ਹੋਏ ਅੱਗੇ ਜਾ ਕੇ ਨਤਮਸਤਕ ਹੋਣਾ ਹੈ ਫਿਰ ਮੈਂ ਅਰਦਾਸ ਕਰਨੀ ਹੈ ਅਰਦਾਸ ਤੋਂ ਬਾਅਦ ਜੋ ਵੀ ਗੀਤ ਸੰਗੀਤ ਚੱਲੇਗਾ ਉਹ ਚੱਲੇਗਾ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਭਾਜੀ ਯਾਦ ਕੀ ਤਾਂ ਆਇਆ ਕਰਨਾ ਹੈ ਆਪਾਂ ਥੱਲੇੋਂ ਇੱਕੋ ਹੋ ਨਿਕਲੇਗੀ ਉਹ ਮਸ਼ੀਨਰੀ ਉਹਦੇ ਤੁਸੀਂ ਆਓਗੇ ਡਫਲੀ ਤੁਹਾਡੇ ਹੱਥ ਚ ਪੜੀ ਆਇਆ ਕਰਦੇ ਸੋ ਉਹਦੀ ਬੱਥੇ ਦਾ ਉਹਨਾਂ ਨੇ ਜ਼ੋਰ ਲਾ ਲਿਆ ਮਸ਼ੀਨਰੀ ਥੱਲੇੋਂ ਨਿਕਲੇ ਘੜ 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 ਜਦੋਂ ਚਲਾਉਣ ਲੱਗਣ ਖੜਖੜ ਖੜਖੜ ਲੋਕਾਂ ਨੂੰ ਪਤਾ ਲੱਗਿਆ ਡਰ ਲੱਗ ਗਿਆ ਕੀ ਹੋ ਹੋ ਕੀ ਰਿਹਾ ਹੈ ਅੰਦਰ ਕੋਈ ਚੀਜ਼ ਹੈ ਸੋ ਮੈਂ ਉਹਨਾਂ ਨੇ ਉਹ ਚਾਰਾਂ ਨੇ ਚਲਾਉਣਾ ਸ਼ੁਰੂ ਕੀਤਾ ਮੈਂ ਛਾਲ ਮਾਰ ਕੇ ਵੈਸੇ 스테ਜ ਤੇ ਚਲਾ ਗਿਆ ਲੋਕਾਂ ਨੇ ਸੋਚਿਆ ਇਹ ਵੀ ਆਈਟਮ ਹੈ ਦੀ ਕੀ ਬਾਤ ਤੁਹਾਨੂੰ ਲੈਂਗੁਏਜਸ ਕਿੰਨੀਆਂ ਆਉਂਦੀਆਂ ਲੈਂਗੁਏਜ ਮੈਨੂੰ ਤਾਂ ਮੇਰਾ ਖਿਆਲ ਆ ਪੰਜਾਬੀ ਆਉਂਦੀ ਆ ਥੋੜੀ ਥੋੜੀ ਹਿੰਦੀ ਬੋਲ ਲੈਣਾ ਥੋੜੇ ਥੋੜੇ ਉਰਦੂ ਦਾ ਵੀ ਮਨ ਨੂੰ اچھا ਲੱਗਦਾ ਬੋਲ ਕੇ ਜੋ ਵੀ ਮੇਰੇ ਕੋਲੇ ਜੋ ਜਿੰਨਾ ਕੁ ਮੈਂ ਸਿੱਖਿਆ ਜੀ ਬਾਕੀ ਅੰਗਰੇਜ਼ੀ ਮੇਰੀ ਥੋੜੀ ਹੈ ਮੁੱਕ ਜਾਂਦੀ ਹੈ ਜਲਦੀ ਤੇ ਹੋਰ ਤੁਸੀਂ ਇੱਕ ਲੈਗ ਹਰਿਆਣਵੀ ਮਰਿਆ ਹਰਿਆਣਵੀ ਹਰਿਆਣਵੀ ਮੈਨੂੰ ਬਹੁਤ ਪਿਆਰੀ ਲੱਗਦੀਆਂ ਤੁਸੀਂ ਗਿੱੱਡੜ ਵਾਹੇ ਆ ਜਾ ਉਹਦੇ ਸੇਕ ਮੈਂ ਗੀਤ ਗਾਇਆ ਸੀਗਾ ਮੈਂ ਹਰਿਆਣੇ ਦਾ ਜੱਟ ਪਿਆਰਤਾ ਮੈਂ ਭਰ ਲੀਊਂਗਾ ਰਾਤ 3-5 ਬਤ ਕਰਿਓ ਗੋਡਿਆ ਨੀਚੇ ਧਰ ਲਿਓ

ਮੈਂ ਇੱਥੇ ਇੱਕ ਗਿੱਦੜ ਬਾਹੇ ਦਿਲ ਲੈ ਕੇ ਪੈ ਗਿਆ ਰਾਹੇ ਹਰਿਆਣਵੀ ਯਾਦਾ ਸੀ ਇਹਨਾਂ ਨੂੰ ਸਾਰਦੀਆਂ ਹੁਣ ਕੀ ਮੈਂ ਅੱਗ ਲਾਉਣੀਆਂ ਡੱਬੀਆਂ 'ਤੇ ਸਵਾਰਦੀਆਂ ਵਾਹ ਗਿੱਦੜਬਾਦੀ ਨਸਵਾਰ ਬਹੁਤ ਮਸ਼ਹੂਰ ਹੈ ਸਨਫ ਜੜੇ ਲੈਂਦੇ ਉਹ ਸਾਨੂੰ ਵੀ ਦੁਕਾਮ-ਜ਼ੁਕਮ ਹੋ ਜਾਂਦਾ ਸੀ ਨਾ ਬਹੁਤ ਆ ਆਪਣਾ ਪਕੜਾ ਜਾਂਦਾ ਥਾ नाक ਤੋਂ ਉਸਮੇ ਫਿਰ ਉਹ ਕੀ ਥੋੜੀ ਜੀ ਉਹ ਸਨਫ ਦੇਖ ਕੇ ਨਾ ਇਹਾਂ ਕ ਖਿੱਚ ਲੈਂਦੇ ਤੇ ਤੋਂ ਫਿਰ ਉਸਕੇ ਬਾਅਦ ਛਿੰਕੇ ਹੀ ਛਿੰਕੇ ਆਪੇ ਇਹ ਮਸਤਕ ਪੂਰਾ ਖੁੱਲ ਜਾਂਦਾ ਤੁਸੀਂ ਮੂਵੀ ਕਰੀ ਚੋੜ ਆ ਹਰਿਆਣੇ ਕਾ ਹਾਂਜੀ ਠੀਕ ਹੈ ਹੁਣ ਮੈਂ ਆਪਣੀ 1/4 ਜਿਹੜੀ ਹਰਿਆਣਵੀ ਟੰਗ ਹੈ ਨਾ ਉਹਨੂੰ ਕੱਢ ਦੇਣਾ ਪਾ। ਸੋ ਤੁਹਾਨੂੰ ਇੱਕ ਕੁਐਸਚਨ ਹਰਿਆਣਵੀ ਚ ਹਰਿਆਣਵੀ ਚ ਹਾਂਜੀ ਹਾਂਜੀ ਰਤਾਉ ਤਰਾ ਸੌਂਗ ਕੋਣ ਕੋਣ ਸਾ ਫੇਵਰੇਟਸ ਹੋਣਗੇ? ਹੋਰ ਮੈਂ ਕੀ ਬਤਾਉਂ ਚੋਰੇ ਕੀ ਬਤਾਉਂਗਾ ਮੈਂ ਹੁਣ ਇੱਕ ਗੀਤ ਲਿਖਿਆ ਹੈ ਹਰਿਆਣਵੀ ਦੇ ਵਿੱਚ ਕਿ ਆਜਿਆ ਤਨੇ ਹਰਿਆਣੇ ਕਾ जाट ਦਿਖਾਉਂ ਕਿ ਹੋਵੇਂ ਜੱਟ ਕੇ ਠਾਠ ਰੇ ਤੰਨੇ ਠਾਠ ਦਿਖਾਉ ਰੇ ਕੀ ਬਾਤ ਹੈ ਉਹਦੇ ਉਹਦੇ ਚ ਉਹਨਾਂ ਦੀ ਤਾਰੀਫ ਕੀਤੀ ਹੈ ਕਿ ਅੱਜ ਚਿੰਨੇ ਵੀ ਮੈਡਲ ਜਿੱਤੇ ਹੈ ਉਹ ਹਰਿਆਣੇ ਨੇ ਉਹਦੇ ਵਿੱਚੋਂ ਨੰਬਰ 1 ਹੈ ਬਿਲਕੁਲ ਬਿਲਕੁਲ ਪੰਜਾਬ ਨਸ਼ਿਆਂ ਚ ਨੰਬਰ 1 ਹੋ ਗਿਆ ਬਹੁਤ ਦੁਖਦਾਈ ਹੈ ਹਾਂ ਬਹੁਤ ਦੁਖਦਾਈ ਹੈ ਮੇਰੇ ਲਈ ਬਹੁਤ ਦੁਖਦਾਈ ਹੈ ਬਹੁਤ ਦੁਖ ਹੁੰਦਾ ਮੈਨੂੰ ਇਸ ਚੀਜ਼ ਬਟ ਮਾਣ ਇਸ ਗੱਲ ਦਾ ਜਿਹੜੀ ਜਵਾਨੀ ਤੇ ਅਸੀਂ ਮਾਣ ਕਰਦੇ ਸੀ ਜਿਹੜੀਆਂ ਜਵਾਨੀ ਸਭ ਤੋਂ ਜ਼ਿਆਦਾ ਫੌਜ ਦੇ ਵਿੱਚ ਜਾਂਦੇ ਸੀ ਫੌਜ ਦੇ ਵਿੱਚ ਸਿਪਾਹ ਸਲਾਰੀ ਸੀ ਔਰ ਬਹਾਦਰ ਕੌਮ ਮੰਨੇ ਗਏ ਸੀ ਅੱਜ ਸਾਡੀਆਂ ਆਪਣੀਆਂ ਇਹ ਗਲਤੀਆਂ ਕਰਕੇ ਕੁਝ ਮਾਂ-ਬਾਪ ਦੀ ਸੋਚ ਇਸ ਤਰ੍ਹਾਂ ਦੀ ਹੋਣ ਕਰਕੇ ਕੁਝ ਹਾਲਾਤ ਇਸ ਤਰ੍ਹਾਂ ਦੇ ਹੋਣ ਕਰਕੇ ਕੁਝ ਸਰਕਾਰਾਂ ਦੀ ਉਸ ਪ੍ਰਤੀ ਸ਼ਰਧਾ ਨਾ ਹੋਣ ਕਰਕੇ ਔਰ ਕੁਝ ਆਲੇ-ਦੁਆਲੇ ਕਰਕੇ ਕਿਉਂਕਿ ਇੱਕ ਚੀਜ਼ ਤਾਂ ਕਿਸੇ ਨਾ ਕਿਸੇ ਕਿਸੇ ਪਾਸੇ ਆਉਂਦੀ ਹੋਣੀ ਹੈ ਯਾਰ ਹਾਂਜੀ ਕੋਈ ਨਾ ਕੋਈ ਤਾਂ ਸੁਰਾਖ ਹੋਏਗਾ ਜਿੱਥੋਂ ਦੀ ਉਹ ਨਿਕਲ ਕੇ ਆਉਂਦੀ ਹੈ ਡਰੱਗ ਬਿਲਕੁਲ ਹਾਂਜੀ ਔਰ ਦੇਣ ਵਾਲੇ ਕੌਣ ਹੈ ਨਸ਼ਾ ਬੀਜਣ ਵਾਲੇ ਕੌਣ ਹੈ ਜ਼ਹਿਰਾਂ ਬੀਜਣ ਵਾਲੇ ਕੌਣ ਹੈ ਬਿਲਕੁਲ ਬਸ ਉਹ ਨਾ ਸਾਰੀਆਂ ਚੀਜ਼ਾਂ ਤੋਂ ਸੁਚੇਤ ਹੋ ਕੇ ਇਸ ਜਵਾਨੀ ਨੂੰ ਸੰਭਾਲਣਾ ਪਏਗਾ ਨਹੀਂ ਤਾਂ ਫਿਰ ਨਹੀਂ ਤਾਂ ਫਿਰ ਗਾਉਣਾ ਹੀ ਪਊਗਾ ਕੀ ਬਣੋ ਦੁਨੀਆ ਦਾ ਹਾਂਜੀ ਤੁਸੀਂ ਇੱਕ ਗਾਣਾ ਲਿਖਿਆ ਸੀ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਬੱਚੇ ਨਾਲ ਲੈ ਜਾ ਇੰਨੀ ਆਈਆਂ ਵੇਖ ਲੈਣਗੇ ਦਾਦੇ ਦੀਆਂ ਪਾਟੀਆਂ ਵਿਆਈਆਂ ਵੇਖ ਲੈਣਗੇ ਵਿਆਈਆਂ ਹੁੰਦੀਆਂ ਨੇ ਜੋ ਐੜੀਆਂ ਫੜ ਜਾਂ ਪਟ ਜਾਂਦੀਆਂ ਹਾਂ ਜੀ ਹਾਂ ਦਾਦੇ ਦੀਆਂ ਪਾਟੀਆਂ ਵਿਆਈਆਂ ਵੇਖ ਲੈਣਗੇ ਔਖੀਆਂ ਨੇ ਕਿੰਨੀਆਂ ਕਮਾਈਆਂ ਵੇਖ ਲੈਣਗੇ ਮਾਣ ਲੈਣ ਇਹ ਵੀ ਬੋੜਾਂ ਪੇਪਲਾਂ ਦੀ ਛਾਂ ਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਫੇਰ ਕੀ ਕਰੇਗਾ ਪਿੱਛੋਂ ਜੁੜੇਦਰਾ ਆਈ ਥਿੰਕ ਹੁਣ ਲੋੜ ਐ ਉਸ ਚੀਜ਼ ਦੀ ਜੀ ਜੀ ਉਹ ਆਪਣੇ ਆਪ ਨਾਲ ਜੁੜਨ ਦੀ ਲੋੜ ਐ ਮੈਂ ਇੱਕ ਵਾਰੀ ਇੰਗਲੈਂਡ ਦੇ ਵਿੱਚ ਜਦੋਂ ਹਜੇ ਨਵਾਂ-ਨਵਾਂ ਲਿਖਿਆ ਸੀ ਹਾਂਜੀ ਤੇ ਰਾਜ ਬੱਬਰ ਜੀ ਕੋਈ ਆਪਣੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਆਏ ਸੀ ਫਿਲਮ ਦੀ ਪ੍ਰਮੋਸ਼ਨ ਸੀ ਸਾਡੇ ਅ ਮੇਰੇ ਖਿਆਲ ਉਦਮ ਸਿੰਘ ਫਿਲਮ ਬਣ ਰਹੀ ਸੀ ਤੇ ਉਹ ਮੈਂ ਵੀ ਉਹਦੇ ਛੋਟਾ ਜਿਹਾ ਰੋਲ ਕੀਤਾ ਸੀ ਭਗਤ ਸਿੰਘ ਬਹੁਤ ਵਧੀਆ ਰੋਲ ਸੀ ਜੀ ਮੇਰੇ ਸਾ ਤਾਂ ਉਹਦੀ ਪ੍ਰਮੋਸ਼ਨ ਲਈ ਉਹ ਸਾਰਿਆਂ ਨੇ ਉੱਥੇ ਪੰਜਾਬੀਆਂ ਨੇ ਗੈੱਟ ਟੂਗੇਦਰ ਕੀਤੀ ਵੀ ਸੀ ਤੇ ਸਾਨੂੰ ਸਭ ਨੂੰ ਬੋਲਣ ਦਾ ਮੌਕਾ ਮਿਲ ਰਿਹਾ ਸੀ ਮੈਨੂੰ ਵੀ ਮਿਲਿਆ ਤੇ ਮੈਂ ਉਹਦੋਂ ਨਵਾਂ ਨਵਾਂ ਇਹ ਗੀਤ ਲਿਖਿਆ ਸੀ ਤੇ ਮੈਂ ਵੀ ਬੋਲਦਾ ਮੜ ਜਾਵੇ ਮੜ ਜਾ ਬੀਬਾ ਆਪਣੇ ਕਰਨ ਉਹ ਭਾਜੀ ਸਾਡ ਮਸਾਂ ਵੀਜੇ ਲੱਗੇ ਆ ਉਹ ਛੱਡੋ ਭਾਜੀ ਇਹ ਕੀ ਕਿਹੜਾ ਗੀਤ ਸ਼ੁਰੂ ਕਰ ਦਿੱਤਾ ਮੈਂ ਕਿਹਾ ਮੈਂ ਗੀਤ ਤੁਹਾਨੂੰ ਉੱਥੇ ਵਾਪਸ ਮੁੜਨ ਲਈ ਨਹੀਂ ਕਹਿ ਰਿਹਾ ਮੈਂ ਤੁਹਾਡੀ ਜਿਹੜੀ ਪਨੀਰੀ ਹੈ ਤੁਹਾਡੀ ਜਨਰੇਸ਼ਨ ਹੈ ਇਹਨਾਂ ਨੂੰ ਉਸ ਦੇ ਦਰਸ਼ਨ ਜ਼ਰੂਰ ਕਰਾਓ ਕਿ ਯਾਰੋ ਉਹ ਦੇਸ਼ ਕਿਹਦਾ ਹੈ ਨੇ ਹੀ ਪੁਰੇ ਸੀਗਾ ਇੱਕ ਮੈਨੂੰ ਹਮੇਸ਼ਾ ਯਾਦ ਹੈ ਮਤਲਬ ਆਈ ਲਿਸਨ ਇਟ 10 অর 15 ইয়ারਸ ਅਗੋ ਭੁੱਲ ਨਾਏ ਜਾਨ ਬੰਦੇ ਬਹਾਦਰਾਂ ਨੂੰ ਭੁੱਲ ਨਾਏ ਜਾਨ ਬੱਚੇ ਬੰਦੇ ਬਹਾਦਰਾਂ ਨੂੰ हां जी हां जी ਬਹੁਤ ਗੂੜਾ ਕਾਣੇ ਹਾਂਜੀ ਹਾਂਜੀ ਬੱਚੇ ਨਾਲ ਲੈ ਜਾਏ ਨਿਆਈਆਂ ਵੇਖ ਲੈਣਗੇ ਦੀਵਾਰ ਸਰਹੰਦ ਦੀ ਤੂੰ ਇਹਨਾਂ ਨੂੰ ਵਿਖਾਈਂ ਜੇ ਪਤਾ ਲੱਗੇ ਪੁੱਤ ਕਿਵੇਂ ਨੀਆਂ ਚ ਚੜਾਈਂ ਕੌਮ ਲਈ ਹੋਏ ਜੋ ਸ਼ਹੀਦ ਨਹੀਂ ਭੁਲਾਈ ਦੇ ਭੁੱਲ ਨਾਏ ਜਾਨ ਬੱਚੇ ਬੰਦੇ ਬਹਾਦਰਾਂ ਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ ਇਰ ਕੀ ਕਰੇਗਾ ਪਿਛੋਂ ਜੜੇਦਰਾ ਇੱਕ ਉਹਦੀ ਚੇ ਵੀ ਸੀਗਾ ਕਿ ਅੰਮ੍ਰਿਤਸਰ ਲੈ ਜਾ ਉਹ ਮੇਨ ਜਗ੍ਹਾ ਜਿੱਥੇ ਜਿੱਥੇ ਕੁਛ ਸਾਕੇ ਹੋਏ ਨੇ ਹਾਂਜੀ ਅੰਮ੍ਰਿਤਸਰ ਲੈ ਜਾ ਬਾਗ ਵੇਖ ਲੈਣਗੇ ਕੰਧਾਂ ਵਿੱਚ ਗੋਲੀਆਂ ਦੇ ਦਾਗ ਵੇਖ ਲੈਣਗੇ ਕਿਦੇ ਕਿਦੇ ਉਜੜੇ ਸੁਹਾਗ ਵੇਖ ਲੈਣਗੇ ਮੱਥਾ ਟਿਕਵਾ ਲਈ ਜਾ ਕੇ ਸੁੱਚੇ ਸੋਹਰੋ ਸੁੱਚੀਆਂ ਸਰੋਵਰਾਂ ਨੂੰ ਮੁੜ ਜਾਵੇ ਮੁੜ ਜਾ ਵੀ ਬਾਪਨੇ ਕਰਾਂ ਇਹ ਇਹ ਗੀਤ ਦੀ ਉਸ ਪਰ ਫਿਰ ਬਾਅਦ ਦੇ ਵਿੱਚ ਉਹ ਲਾਈਨ ਸੀਗੀ ਕਿ ਦੁਨੀਆਂ ਦੇ ਕਿਸੇ ਕੋਨੇ ਰਹੋ ਵੀ ਪੰਜਾਬੀਓ ਗੁਰੂ ਦੀਆਂ ਮੇਰਾ ਮੌਜਾਂ ਲਾਓ ਵੇ ਪੰਜਾਬੀ ਪਰ ਬੱਚਿਆਂ ਨੂੰ ਇੰਨੀ ਗੱਲ ਕਹੋ ਵੇ ਪੰਜਾਬੀਓ ਮਰ ਜਾਣੇ ਮਾਨਾ ਸਿੱਖੀ ਮੰਗਦੀ ਸਿਰਾਂ ਮੁੜ ਜਾਵੇ ਮੁੜ ਜਾਵੇ ਬਾਪਨੇ ਕਾ ਐਕਸਲੈਂਟ ਥੈਂਕ ਯੂ ਸੋ ਯੂ ਆਰ ਲਾਈਕ ਵਨ ਆਫ ਦਾ ਪਰਸਨ Who has performed at like really coveted Robert Albert ਉਹ ਬਹੁਤ ਖੁਸ਼ੀ ਵਾਲੀ ਬਾਤ ਸੀ ਉਹ ਉਹ ਤਾਂ ਹਿਸਟਰੀ ਸੀ ਮੇਰੇ ਲਈ ਜਿੱਥੇ ਐਡੇਡੇ ਮਹਾ ਮਹਾਯੋਧਿਆ ਨੇ ਮਹਾਰਥੀਆਂ ਨੇ ਮਤਲਬ ਜਿਹਨਾਂ ਨੂੰ ਕਹਿ ਸਕਦਾ ਮੈਂ ਜਿਹਨਾਂ ਮਹਾ ਕਲਾਕਾਰਾਂ ਨੇ ਉੱਥੇ ਆਪਣੇ ਗੀਤ ਗਾਏ ਹੋਣਗੇ ਜਾਂ ਆਪਣੀ ਆਪਣੀ ਆਈਟਮ ਪੇਸ਼ ਕੀਤੀਆਂ ਹੋਣਗੀਆਂ ਆਪਣੇ ਆਪਣੇ ਜੋਹਰ ਦਿਖਾਏ ਹੋਣਗੇ ਆਪਣੀ ਕਲਾ ਦੇ ਸੋ ਮੇਰਾ ਉਹ ਸਜਦਾ ਸੀ ਉਸ ਜਗ੍ਹਾ ਨੂੰ ਸਲਾਮ ਸੀ ਉੱਥੇ Nusrat Fateh Ali Khan ਸਾਹਿਬ ਜੀ ਦਾ ਉਹਨਾਂ ਦੇ ਕਵਾਲੀ ਕੋਈ ਉਸ ਤੋਂ ਪਹਿਲਾਂ ਲਤਾ ਮੰਗੇਸ਼ਕਰ ਜੀ ਰਫੀ ਸਾਹਿਬ ਔਰ ਦਲੀਪ ਸਾਹਿਬ ਦਲੀਪ ਸਾਹਿਬ ਨੇ ਉਹਨਾਂ ਦੇ ਮੈਨੂੰ ਯਾਦ ਸੀ ਇੱਕ ਐਲਪੀ ਰਿਕਾਰਡ ਬਣਿਆ ਸੀ ਹਾਂਜੀ ਉਸ ਰਿਕਾਰਡ ਦੇ ਵਿੱਚ ਜਿਹੜੀ ਇੰਟਰੋਡਕਸ਼ਨ ਜਿਹੜੀ ਦਿੱਤੀ ਸੀਗੀ ਲਤਾ ਜੀ ਬਾਰੇ ਦਲੀਪ ਸਾਹਿਬ ਨੇ ਕਮਾਲ ਕਦੇ ਸੁਣਨ ਦਾ ਮੌਕਾ ਮਿਲੇ ਹਾਂਜੀ ਇੱਕ ਇੱਕ ਬੋਲ ਕਿ ਲਤਾ ਕੈਸੀ ਹੈ ਜੈਸੇ ਉੜਤੇ ਹੋਏ ਪੰਖੀਓਂ ਕੇ ਕੋਈ ਦੇਸ਼ ਨਹੀਂ ਹੋਤੇ ਜੈਸੇ ਵਹਿਤੀ ਹਵਾਓਂ ਕੇ ਕੋਈ ਸਰਹੱਦ ਨਹੀਂ ਹੁੰਦੀ ਜੈਸੇ ਵਹਤੇ ਹੋਏ ਝਰਨੋਆਂ ਦਾ ਕੋਈ ਦੇਸ਼ ਮਜ਼ਹਬ ਦੀਨ ਨਹੀਂ ਹੁੰਦਾ ਐਸੀ ਹੈ ਮੇਰੀ ਪਿਆਰੀ ਸਿਲਾਤਾ ਬਹਿਨ ਕੀ ਬਾਤ ਵਾਹ ਵਾਹ ਖੂਬਸੂਰਤ ਬਾਤ ਤੁਹਾਨੂੰ ਕਿਵੇਂ ਲੱਗਿਆ ਉੱਥੇ ਪਰਫਾਰਮ ਕਰਕੇ ਉੱਥੇ ਪਰਫਾਰਮ ਕਰਕੇ ਮੈਨੂੰ ਪਹਿਲਾਂ ਤਾਂ ਮੈਨੂੰ ਬੜਾ ਐਸ ਤਰ੍ਹਾਂ ਲੱਗਿਆ ਕਿ ਵਾਕਈ ਇਹੋ ਹੀ ਸਰਜ਼ਮੀਨ ਹੈ ਜਿੱਥੇ ਮੈਂ ਖੜਾ ਹਾਂ ਜਿਸ ਦਾ ਕਦੇ ਮੈਂ ਬਾਹਰੋਂ ਹੀ ਸਿਰਫ ਨਕਸ਼ਾ ਦੇਖਿਆ ਸੀ ਕਿ ਉਸ ਨੂੰ ਬਾਹਰੋਂ ਹੀ ਸਲਾਮ ਕੀਤਾ ਸੀ ਔਰ ਇਹ ਨਹੀਂ ਪਤਾ ਸੀ ਉਹ ਉਹ ਜਿਹੜੀ ਇਲਤਜਾ ਸੀ ਉਹ ਜਿਹੜੀ ਸੋਚ ਸੀ ਉਸ ਵੇਲੇ ਕਿ ਕਦੇ ਇੱਥੇ ਪਰਫਾਰਮੈਂਸ ਕਰਨ ਦਾ ਮੌਕਾ ਮਿਲੇਗਾ ਉਹ ਬਹੁਤ ਜਲਦੀ ਪੂਰੀ ਹੋਣੀ ਸੀ। ਔਰ ਇੱਕ ਨਹੀਂ ਉਥੇ ਦੋ ਸ਼ੋਅ ਹੋਏ। ਹਾਂਜੀ ਹਾਂਜੀ। ਸੈਟਰਡੇ ਔਰ ਸੰਡੇ ਦੋਨੋਂ ਹੀ ਫੁੱਲ ਹੋਏ। ਤੇ ਉਹਦੇ ਬਾਅਦ ਇੱਕ ਹੋਰ ਸ਼ੋਅ ਵੀ ਹੋਇਆ। ਉਹਦੇ ਵਿੱਚ ਇੱਕ ਸ਼ੋਅ ਜਿਹੜਾ ਹੋਇਆ ਉਹਦੇ ਚ 5 ਦਿਨਾਂ ਦੀ ਬੱਚੀ ਜਿਹੜੀ ਸ਼ੋਅ ਦੇਖਣ ਵਾਸਤੇ ਆਈ। ਜਿਹੜੇ 5 ਦਿਨ ਹੋਏ ਸੀ ਜਨਮ ਲਈ। ਹਾਂਜੀ। ਤੇ ਉਹਦੀ ਮਾਂ ਉਹਦੇ ਨਾਲ ਉਹਨਾਂ ਨੂੰ ਡਾਕਟਰ ਨੂੰ ਕਹਿ ਕੇ ਕਿ ਮੈਂ ਇਸਨੂੰ ਦਿਖਾਉਣੇ ਦਿਖਾਉਣਾ। ਇਜਾਜ਼ਤ ਨਹੀਂ ਦਿੰਦੇ ਸੀ। ਪਰ ਕਹਿੰਦੇ ਮੈਂ ਇਹਨੂੰ ਲੈ ਕੇ ਜਾਣਾ। ਹਾਂਜੀ। ਸੋ ਬੱਚੀ ਨੂੰ ਮੈਂ ਗੋਦ ਚ ਲੈ ਕੇ ਆਪਣੇ ਆਪ ਨੂੰ ਇਹਦਾ ਮਹਿਸੂਸ ਕੀਤਾ ਕਿ ਸਭ ਤੋਂ ਛੋਟਾ ਰੂਪ ਜੋ ਪ੍ਰਮਾਤਮਾ ਦੇ ਨੇੜੇ ਹੈ ਇਸ ਵੇਲੇ ਸ਼ਾਇਦ ਮੈਨੂੰ ਇਹ ਸ਼ੁਰੂਆਤ ਦੇਣ ਵਾਸਤੇ ਆਈ ਹੈ ਸ਼ਾਇਦ ਅਗਲੇ ਦਿਨ ਦਾ ਸ਼ੋਅ ਉਸੇ ਕਰਕੇ ਹੋਇਆ ਜੀ ਬਿਲਕੁਲ ਬੇਸ਼ੱਕ ਕਿਉਂਕਿ ਉਹ ਦੂਸਰੇ ਦਿਨ ਦੇ ਸ਼ੋਅ ਦੀ ਅਨਾਉਂਸਮੈਂਟ ਵੀ ਹੋਤੀ ਉਹਦੇ ਕਰਕੇ ਹੋਈ ਇਟ ਵਾਸ ਏ ਆਨਰ ਮਤਲਬ ਤੁਸੀਂ ਗਿੱਡੇ ਵਿਡ ਕੈਮਰਨ ਨਾਲ ਲੰਚ ਕੀਤਾ ਫਿਰ ਤੁਸੀਂ ਪੰਜਾਬ ਗਏ ਫਿਰ ਤੁਸੀਂ ਪੰਜਾਬ ਅਗਲੇ ਹਫਤੇ ਬਰਨਾਲੇ ਆ ਤੁਹਾਡੀ ਗੂਗਲ ਦੀ ਯਾਰ ਤੁਹਾਨੂੰ ਸਾਰਾ ਹੀ ਪਤਾ ਹੈ ਮੇਰੇ ਦਾਦਾ ਆਈ ਡਿਡ ਦਾ ਸਟੱਡੀ ਫਿਰ ਤੁਸੀਂ ਬਰਨਾਲੇਗੇ ਬਰਨਾਲੇ ਇੱਕ ਛੋਟੇ ਜਿਹੇ ਪਿੰਡ ਚ 100 ਬੰਦੇ ਆ ਸਾਹਮਣੇ ਪਰਫਾਰਮ ਕੀਤਾ ਮਤਲਬ ਹਲੀਮੀ ਮੇਰੇ ਦਾਦਾ ਵੇਅਰ ਡੂ ਯੂ ਗੈਟ ਥਿਸ ਪੈਸ਼ਨ ਐਂਡ ਐਟ ਦਾ ਸੇਮ ਟਾਈਮ ਕੀਪ ਯੋਰself ਗਰਾਉਂਡਡਡ ਟੂ ਅਰਥ ਕੀ ਚੀਜ਼ ਹੈ ਉਹ ਜੜਾ ਹੀ ਨੇ ਮੂਲ ਨੇ ਜਿਹੜਾ ਮੂਲ ਹੈ ਜਿਹੜਾ ਮੂਲ ਨਹੀਂ ਭੁੱਲਦਾ ਨਾ ਉਸਦੇ ਫਲ ਫਰੂਟ ਵੀ ਬਹੁਤ ਅੱਛੇ ਹੁੰਦੇ ਜਿਹੜੀ ਉਹ ਜਿਹੜੀ ਤੁਸੀਂ ਮਿਹਨਤ ਮੁਸ਼ਕਤ ਕਰਦੇ ਹੋ ਜਿਹੜੀ ਰੂਟਸ ਨਾਲ ਜੁੜੀ ਹੋਈ ਹੈ ਤੇ ਰੂਟਸ ਦਾ ਜਿਹੜਾ ਪਾਣੀ ਆ ਤੁਹਾਡੇ ਖੂਨ ਪਸੀਨੇ ਦਾ ਜਿਹੜਾ ਉਹਦੇ ਚ ਜਾਂਦਾ ਹੈ ਤਾਂ ਉਹ ਕਹਿੰਦੇ ਨਾ ਸੇਵਾ ਦਾ ਜਿਹੜਾ ਮੇਵਾ ਹੈ ਉਹ ਵੀ ਸਬਰ ਸਬਰ ਦਾ ਜਿਹੜਾ ਮੇਵਾ ਮਿੱਠਾ ਹੁੰਦਾ ਸੋ ਉੱਥੇ ਪਰਫਾਰਮੈਂਸ ਕਰਕੇ ਔਰ ਬਰਨਾਲੇ ਪਰਫਾਰਮੈਂਸ ਕਰਕੇ ਮੈਨੂੰ ਉਸ ਤੋਂ ਵਧੀਆ ਲੱਗ ਰਿਹਾ ਸੀ ਕੀ ਬਾਤ ਹੈ ਕਿਉਂਕਿ ਮੈਂ ਆਪਣੀ ਰੂਟਸ ਦੇ ਨਾਲ ਜੁੜਿਆ ਹੋਇਆ ਪਰ ਮੈਂ ਉਹਨਾਂ ਨੂੰ ਇਹ ਨਹੀਂ ਮਤਲਬ ਜਤਾਇਆ ਕਿ ਮੈਂ ਉੱਥੇ ਕਰਕੇ ਆਇਆ ਤੇ ਮੈਂ ਇੱਥੇ ਨਹੀਂ ਗਾਉਣਾ ਕੀ ਬਾਤ ਹੈ ਮੇਰੇ ਵਾਸਤੇ ਉਹਨਾਂ ਦਾ ਜਿਹੜਾ ਉਹਨਾਂ ਦੇ ਦਰਸ਼ਕ ਦੇਦਾਰ ਸੀਗੇ ਉਹ ਸੀ ਬੇ ਚੱਲ ਬਰਨ ਵਾਲੇ ਚੱਲੀਏ ਮੋਟਰ ਮਿੱਤਰਾਂ ਦੀ ਸਾਡਾ ਨਹੀਂ ਕਸੂਰ ਸਾਡਾ ਸ਼ਹਿਰ ਸੰਗਰੂਰ ਆਏ ਆਏ ਚਲੋ ਵੀਲ ਬ੍ਰਿੰਗ ਇਟ ਬੈਕ ਟ ਕਾਰਨਰ ਚਲੋ ਪੰਜਾਬ ਵਾਲਾਂ ਨੇ ਮਤਲਬ ਯੂ ਆਰ ਕਨਸਿਡਰਡ ਲਾਈਕ ਅ ਸਨ ਆਫ ਪੰਜਾਬ ਇਨ ਦ ਲੈਜੈਂਡਸ ਬਈ ਵਾਰਸ ਸ਼ਾਹ ਬੁੱਲੇ ਸ਼ਾਹ ਅਮਰਤਾ ਸ਼ੇਰ ਗਿੱਲ ਤੇ ਹੂ 杜 ਯੂ ਥਿੰਕ ਥੈਂਕਸ ਫॉर ਸੋ ਮੱਚ ਮਤਲਬ ਇੰਨਾ ਪਿਆਰ ਮਤਲਬ ਮਿਹਨਤ ਕਰੀ ਤੁਸੀਂ ਬਟ ਕੋਣ ਐਸਾ ਮਤਲਬ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਪੁੱਛਣਾ ਹੋਵੇ ਵੀ ਤੁਸੀਂ ਕਿੰਨੂੰ ਸਭ ਤੋਂ ਜ਼ਿਆਦਾ ਵੱਧ ਥੈਂਕ ਯੂ ਕਹਿੰਦੇ ਹੋ ਇਸ ਚੀਜ਼ ਲਈ ਉਹ ਕੌਣ ਹੈ ਉਹ ਮਨਜੀਤ ਹੈ ਕੀ ਬਾਤ ਹੈ ਕਿਉਂਕਿ ਜਿਹੜੀਆਂ ਕਿਉਂਕਿ ਸਾਡੀ ਜ਼ਿੰਦਗੀ ਦਾ ਜਿਹੜਾ ਦੌਰ ਸ਼ੁਰੂ ਹੋਇਆ ਸੀ ਕਿ ਸਾਡੇ ਵਿਆਹ ਤੇ ਕੋਈ ਨਹੀਂ ਆਇਆ ਉਹਦੀ ਵੀ ਆ ਇਹੋ ਜਿਹੇ ਹੁੰਦੇ ਉਹਦੀ ਵੀ ਸਟੋਰੀ ਦੱਸੋ ਕਈ ਵਿਆਹ ਇਹੋ ਜਿਹੇ ਹੁੰਦੇ ਨੇ ਕਿ ਜਿਸ ਵਿਆਹ ਦੇ ਉੱਤੇ ਕੋਈ ਸ਼ਾਮਲ ਨਹੀਂ ਹੋਣਾ ਚਾਹੁੰਦਾ ਹੁੰਦਾ ਕਿਉਂਕਿ ਸ਼ਰਧ ਦੇ ਖਿਲਾਫ ਹੋਣ ਵਾਲੀਆਂ ਗੱਲਾਂ ਹੋ ਜਾਂਦੀਆਂ ਕਿ ਜੇ ਤਾਂ ਪਰਿਵਾਰ ਮੰਨਦਾ ਹੈ ਤਾਂ ਫਿਰ ਉਹ ਜਿਹੜੀ ਮੈਰਿਜ ਅਰੇਂਜਮੈਂਟ ਵਾਲੀ ਹੋਣੀ ਚਾਹੀਦੀ ਸਾਡੀ ਲਵ ਮੈਰਿਜ ਹੋਈ ਔਰ ਨਾ ਇਹਨਾਂ ਦੇ ਸ਼ਾਮਲ ਹੋਏ ਨਾ ਸਾਡੇ ਸ਼ਾਮਲ ਹੋਏ ਇੱਕ ਇਹਨਾਂ ਦੀ ਮਾਤਾ ਸ਼੍ਰੀ ਔਰ ਮੇਰੇ ਬਾਬਾ ਜੀ ਉਹ ਦੋਨੋਂ ਆਏ ਤੇ ਮੇਰੇ ਆਪਣੀ ਰਿਸੈਪਸ਼ਨ ਤੇ ਆਪ ਹੀ ਗਾਉਣਾ ਪਿਆ ਕਿਉਂਕਿ ਜਿਹੜੇ ਲੋਕ ਆਏ ਸੀ ਵਿਚਾਰੇ ਉਹ ਹੁਣ ਕੀ ਕਰਨ ਖਾਲੀ ਬੈਠੇ ਕੇ ਉਹ ਜਿਹਨਾਂ ਨੂੰ ਟਾਈਮ ਦਿੱਤਾ ਸੀ ਵੀ ਯਾਰ ਤੁਸੀਂ ਆਇਓ ਪਲੀਜ਼ ਆਇਓ ਉਹ ਆਪਣੀ ਪੈਗ ਪੁਗ ਲਾ ਕੇ ਕਿਤੇ ਹੋਰ ਫਿਰਦੇ ਰਹੇ ਤੇ ਮੈਨੂੰ ਸ਼ੁਰੂ ਕਰਨਾ ਪਿਆ ਸਾਰਾ ਤੇ ਐਕਚੁਅਲੀ ਸਾਡੇ ਕੋਲ ਉਸ ਵੇਲੇ ਕੋਈ ਕਿਉਂਕਿ ਮੇਰੀ ਨੌਕਰੀ ਮਿਲੀ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਉਹ 6-700 ਰੁਪਏ ਮੈਨੂੰ ਮਿਲਦਾ ਸੀ ਉਹ 6-700 ਰੁਪਏ ਦੇ ਵਿੱਚ ਕੋਈ ਗੁਜ਼ਾਰਾ ਨਹੀਂ ਸੀ ਸਾਨੂੰ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਸਾਡੇ ਜਾਣਕਾਰ ਸੀਗੇ ਮੈਡਮ ਸਿੱਧੂ ਜੀ ਉਹ ਸਾਡੇ ਥੀਏਟਰ ਦੇ ਨਾਲ ਵੀ ਜੁੜੇ ਹੋਏ ਸੀਗੇ ਉਹ ਕਹਿੰਦੇ ਮੈਂ ਤੁਹਾਨੂੰ ਐ ਕਰਦੀ ਆ ਜਿਹੜਾ ਇਹਨਾਂ ਦਾ ਇਹਨਾਂ ਦੀ ਯੂਨੀਅਨ ਹੈ ਨਾ ਆ ਆਪਣਾ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੀ ਯੂਨੀਅਨ ਜਿਹੜੀ ਹੈ ਮੈਂ ਯੂਨੀਅਨ ਦਾ ਦਫ਼ਤਰ ਤੁਹਾਨੂੰ ਦਵਾ ਦਿੰਨੇ ਉਹਨਾਂ ਦੀ ਮੀਟਿੰਗ ਹੁੰਦੀ ਹੈ 7-8 ਦਿਨਾਂ ਬਾਅਦ ਮਹੀਨੇ ਬਾਅਦ ਵੀ ਹੋ ਸਕਦੀ ਹੈ ਰੋਜ਼ ਤਾਂ ਹੁੰਦੇ ਨੇ ਤੇ ਤੁਸੀਂ ਉਹਨੇ ਦਿਨ ਮਤਲਬ ਇਹਦੇ ਚ ਰਿਹਾ ਕਰੋ ਜਿਸ ਦਿਨ ਮੀਟਿੰਗ ਹੋਇਆ ਕਰੇਗੀ ਉਹਦੇ ਆਪਾਂ ਟੈਂਟ ਫੜੂ ਚੱਕ ਕੇ ਬਾਹਰ ਕਰ ਲੈ। ਹਾਂਜੀ। ਸੋ ਅਸੀਂ ਜਿਸ ਦਿਨ ਮੀਟਿੰਗ ਹੁੰਦੀ ਹੁੰਦੀ ਸੀ ਉਹ ਤੇ ਅਸੀਂ ਬਾਹਰਲੇ ਪਾਸੇ ਆ ਜਾਂਦਾ ਤੇ ਅਸੀਂ ਖਾਦਰ ਪੰਡਾਰ ਤੋਂ ਇੱਕ ਵੱਡੀ ਸਾਰੀ ਦਰੀ ਲਈ। ਹਾਂਜੀ। ਉਹ ਸਾਡਾ ਬਿਸਤਰਾ ਹੁੰਦਾ ਸੀ। ਕੁਝ ਭਾਂਡੇ ਢਿੰਡੇ ਲੈ ਕੇ ਅਸੀਂ ਆਪਣੇ ਘਰ ਪਰਿਵਾਰ ਨਾਲ ਆਪੇ ਮਾਂਜਣੇ ਆਪੇ ਸਾਚੀ ਦਾ ਬਣਾਉਣੀ ਆ ਤੇ ਮਿਲਗੁਲ ਜਿਲ ਕੇ ਆਪਣੀ ਜ਼ਿੰਦਗੀ ਦਾ ਦੌਰ ਸ਼ੁਰੂ ਕੀਤਾ ਸੀ। ਕੀ ਆਜ ਮਾਲਕ ਨੇ ਹੋਲੀ-ਹੋਲੀ ਉਹ ਚੀਜ਼ਾਂ ਜੇ ਤੁਸੀਂ ਤੁਹਾਡੇ ਦੇ ਅੰਦਰ ਸਦਕ ਤੇ ਭਰੋਸਾ ਹੈ ਯਕੀਨ ਹੈ ਤਾਂ ਫਿਰ ਸਾਰੇ ਰਾਹ ਖੁੱਲੇ ਹੁੰਦੇ ਹਨ ਹਾਂ ਔਰ ਉਹ ਜਿਹੜੀ ਜ਼ੀਰੋ ਤੋਂ ਸ਼ੁਰੂ ਕਰਕੇ ਜ਼ਿੰਦਗੀ ਜਿਹੜੀ ਦੇਖੀ ਹੈ ਨਾ ਉਹ ਫਿਰ ਤੁਹਾਡੇ ਅੰਦਰ غرور ਨਹੀਂ ਪੈਦਾ ਹੁੰਦਾ ਹੰਕਾਰ ਨਹੀਂ ਪੈਦਾ ਹੁੰਦਾ ਜੇ ਉਹ ਪੈਦਾ ਹੋ ਗਿਆ ਤੇ ਫਿਰ ਉਹ ਮੈਂ ਕਹਣਾ ਉਸ ਸਿਲਸਿਲੇ ਨਾਲ ਜੁੜਿਆ ਹੋਇਆ ਬੰਦਾ ਨਹੀਂ ਉਹ ਜ਼ਮੀਨ ਦੇਖਣੀ ਬਹੁਤ ਜ਼ਰੂਰੀ ਹੈ ਮਾਲਕ ਨੇ ਉਹ ਦਿਖਾਈ ਹੈ ਉਹ ਰੰਗ ਸਾਰੇ ਦੇਖੇ ਸਾਰੇ ਰੰਗ ਦੇਖ ਕੇ ਤਾਂ ਹੀ ਬੈਠੇ ਹਾਂ ਸੋਕ ਇਹ ਨਹੀਂ ਹੈ ਕਿ ਅਸੀਂ ਵੱਡੇ ਹੋਟਲ 'ਚ ਠਹਿਰਨਾ ਜਾਂ ਉਸ ਹੋਟਲ 'ਚ ਠਹਿਰਨਾ ਜਿਹੜੇ 'ਚ ਠਹਿਰਨ ਠਰਾਤਾ ਠਹਿਰ ਗਏ ਕੀ ਬਾਤ ਹੈ ਹਾਂ ਜੀ ਤੁਹਾਡਾ ਫੇਵਰੇਟ ਰਾਈਟਰ ਕੌਣ ਹੈ ਮੇਰੇ ਫੇਵਰੇਟ ਰਾਈਟਰ ਸਭ ਤੋਂ ਜ਼ਿਆਦਾ ਜਿਹਨਾਂ ਨੂੰ ਮੈਂ ਬਹੁਤ ਪਿਆਰ ਸਤਿਕਾਰ ਕਰਦਾ ਰਿਹਾ ਮੈਂ ਉਹਨਾਂ ਦੇ ਦਰਸ਼ਨ ਦੇਦਾਰ ਨਹੀਂ ਕਰ ਪਾਇਆ ਸ਼ਿਵ ਕੁਮਾਰ ਬਟਾਲਵੀ ਕੀ ਬਾਤ ਹੈ ਹਾਂ ਜੀ ਮੈਂ ਉਦੋਂ ਆਪਣੇ ਪਿੰਡ ਹੁੰਦਾ ਸੀ ਗਿੱਦੜਬਾ ਜਾਂਚਾਨਕ ਮੇਰੀ ਇੰਟਰਵਿਊ ਹੋਈ ਮੇਰੇ ਜਿਹੜੇ ਸਜਣ ਬੇਲੀ ਸੀ ਉਹ ਮੈਨੂੰ ਪਟਿਆਲੇ ਲੈ ਕੇ ਆ ਗਏ ਪਟਿਆਲੇ ਵੀ ਇਸ ਤਰ੍ਹਾਂ ਹੀ ਲੈ ਕੇ ਆ ਗਏ ਕਿ ਮਤਲਬ ਚਲੋ ਤੈਨੂੰ ਦਿਖਾ ਕੇ ਲਿਓ ਤੇ ਆਪ ਫਿਜ਼ੀਕਲ ਐਜੂਕੇਸ਼ਨ ਦੀ ਉਸਨੇ ਪਹਿਲੀ ਕਲਾਸ ਪੂਰੀ ਕਰ ਲਈ ਸੀ ਬੀ ਪੀਐਡ ਫਸਟ ਇਅਰ ਸੀ ਉਹਦਾ ਤੋਂ ਮੈਨੂੰ ਲੈ ਆਏ ਉੱਥੇ ਉਹ ਸਾਰੀਆਂ ਜਿਹੜੇ एफिशिएंसी टेस्ट ਸੀਗਾ ਨਾ ਜਿਹੜਾ 35 ਸਕਿੰਟ ਦੇ ਵਿੱਚ ਮੁਕੰਮਲ ਕਰਨਾ ਹੁੰਦਾ ਸੀ ਤੇ ਹੁਣ ਪੱਜ ਦੇ ਨੱਟ ਤੇ ਸ਼ੁਰੂ ਤੋਂ ਰਹੇ ਆ ਸਪੋਰਟਸ ਦੇ ਵਿੱਚ ਰਹੇ ਸੀ ਉਹ ਸਾਰੀਆਂ ਚੀਜ਼ਾਂ ਮੁਕੰਮਲ ਹੋ ਗਈਆਂ ਮੇਰੀ ਸਿਲੈਕਸ਼ਨ ਦਾ ਵੀ ਆ ਗਿਆ ਔਰ ਸਿਲੈਕਸ਼ਨ ਦੇ ਵਿੱਚ ਜਦੋਂ ਉੱਥੇ ਫਿਰ ਪਟਿਆਲਾ ਸਾਡੇ ਨਾਲ ਪਟਿਆਲੇ ਆ ਕੇ ਜੁੜ ਗਿਆ ਹਾਂਜੀ ਬਸ ਪਟਿਆਲਾ ਫਿਰ ਜ਼ਿੰਦਗੀ ਦੇ ਵਿੱਚ ਐਸਾ ਹਿੱਸਾ ਬਣਿਆ ਕਿ ਪਟਿਆਲੇ ਤੋਂ ਅ ਅੰਬਾਲਾ ਅੰਬਾਲਾ ਤੋਂ ਦਿੱਲੀ ਦਿੱਲੀ ਤੋਂ ਬੰਬੇ ਸਾਰੀਆਂ ਚੀਜ਼ਾਂ ਫਿਰ ਤੁਹਾਡੇ ਤੱਕ ਅਮਰੀਕਾ ਕੈਨੇਡਾ ਜਿੰਨੀਆਂ ਵੀ ਸਾਰੀਆਂ ਇਹ ਸਿਰਫ ਕਲਾ ਦੀ ਵਜ੍ਹਾ ਤੇ ਕਰਕੇ ਦੇਖੀ। ਮਗਰ ਉਹ ਜ਼ਿੰਦਗੀ ਦਾ ਉਹ ਦੌਰ ਨਹੀਂ ਭੁੱਲਦਾ। ਜਦੋਂ ਸ਼ੁਰੂ ਸੀ ਐਸੀ ਕਰਕੇ ਮੈਂ ਇਲੈਕਟ੍ਰਿਸਿਟੀ ਬੋਰਡ ਦੇ ਉੱਤੇ ਕਿਉਂਕਿ ਮੈਂ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਰਿਹਾ ਹਾਂ ਕਿਉਂਕਿ ਜਿਹੜੀ ਜਿਹੜੇ profession ਦੇ ਵਿੱਚ ਰਹੀ ਏ ਉਸ ਤੇ ਉਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ। ਇੱਜ਼ਤ ਦੇਓਗੇ ਤਾਂ ਉਹ profession ਵੀ ਤੁਹਾਨੂੰ ਇੱਜ਼ਤ ਦਿੰਦਾ। ਸੋ ਮੈਂ ਬੇਸ਼ੱਕ ਉਹਦੇ ਵਿੱਚ ਨਹੀਂ ਰਿਹਾ। ਮੈਨੂੰ ਉੱਥੇ ਮੈਂ ਜਦੋਂ ਮੈਂ ਥੋੜੀ ਦੇਰ ਬਾਅਦ ਮਿਲਗਿਲ ਜਾਂਦਾ ਰਿਹਾ ਮਾਥੇ। ਤਾਂ ਉੱਥੇ ਸੈਕਟਰੀ ਹੁੰਦੇ ਸੀਗੇ। ਇਲੈਕਟ੍ਰਿਸਿਟੀ ਬੋਰਡ ਦੇ ਉਹ ਕਹਿੰਦੇ ਯਾਰ ਗੁਰਦਾਸ ਤੂੰ ਅਜੇ ਤੱਕ ਤੇਰੀ ਨੌਕਰੀ ਚੱਲੀ ਜਾ ਰਹੀ ਹੈ ਤੇ ਤੂੰ ਨੌਕਰੀ ਦਿੱਤਾ ਹੁੰਦਾ ਹੈ ਨਹੀਂਗਾ ਤੂੰ ਐ ਕਰ ਤੂੰ ਅੱਜ ਅਸਤੀਫਾ ਦੇ ਦੇ ਤੇ ਆਪਣਾ ਕੋਈ ਹੋਰ ਤੇਰੀ ਜਗ੍ਹਾ ਯਾਰ ਨੌਕਰੀ ਆ ਸੌਰੀ ਆ ਕੇ ਉਹਦੀ ਰੋਟੀ ਰੋਜ਼ੀ ਲੱਗ ਜੂਗੀ ਹਾਂਜੀ ਉਹਨੂੰ ਬਿਚਾਰੇ ਨੂੰ ਜ਼ਰੂਰਤ ਹੈ ਜਿਹੜਾ ਬੰਦਾ ਹੈਗਾ ਹਾਂ ਛਤਵਾਲ ਸਭ ਸੀਗੇ ਉਸ ਵੇਲੇ ਉੱਥੋਂ ਦੇ ਬਹੁਤ ਸਿਆਣੇ ਬੰਦੇ ਸੀ ਸੁਲਝੇ ਹੋਏ ਚਲੇ ਗਏ ਪਰ ਮਾਤਮਨ ਨੂੰ ਆਪਣੇ ਚਰਨਾਚ ਰੱਖੇ ਉਹ ਕਹਿੰਦਾ ਯਾਰ ਅਸਤੀਫਾ ਦੇ ਦੇ ਬਾਅਦ ਮੈਨੂੰ ਲੈਟਰ ਆ ਗਿਆ ਕਹਿੰਦੇ 1 ਮਹੀਨੇ ਦੀ ਤਨਖਾਹ ਕੱਢੋ ਕਿਉਂਕਿ ਤੁਹਾਨੂੰ ਪਹਿਲਾਂ ਦੱਸਣਾ ਪੈਂਦਾ ਹਾਂਜੀ ਹਾਂਜੀ 1 ਮਹੀਨਾ ਆਪ ਛੱਡਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਪੈਂਦਾ ਕਿ ਮੈਂ ਛੱਡ ਰਿਹਾ ਹਾਂ ਪੈਸੇ ਦੇਣ ਵੇਲੇ ਤਾਂ ਨਹੀਂ ਸੋਚਦੀ ਸਰਕਾਰ ਹਾਂ ਉਹ ਉਹੀ ਚੀਜ਼ ਆ ਇਹ ਸਮਝ ਨਹੀਂ ਆਈ ਪਰ ਮੈਂ ਉਹ ਜਿਹੜਾ ਚੀਜ਼ ਲਿਖੀ ਸੀ ਮੈਂ ਇਲੈਕਟ੍ਰਿਸਿਟੀ ਬੋਰਡ ਬਾਰੇ ਬਿਜਲੀ ਬਾਰੇ ਕਿ ਵਾ ਨਹੀਂ ਬਿਜਲੀਏ ਜਾ ਨਾ ਬਿਜਲੀ ਅੱਜਕੱਲ ਸਾਰਾ ਕੰਮ ਹੀ ਬਿਜਲੀ ਤੇ ਆ ਨਾ ਬੰਦਾ ਜੇ ਥੋੜੀ देर ਲਈ ਬਿਜਲੀ ਚਲੀ ਜਾਏ ਤਾਂ ਬੰਦਾ ਮੂੰਹ ਹੀ ਆਂਦਾ ਹੋ ਜਾਂਦਾ ਕੁਝ ਨਹੀਂ ਨਜ਼ਰ ਆਉਂਦਾ ਹੁਣ ਕਿਉਂਕਿ ਕੰਮ ਕਾਜ ਸਾਰਾ ਉਹਦੇ ਤੇ ਚੱਲਿਆ ਹੁੰਦਾ ਵਾਹ ਰਹੀ ਬਿਜਲੀਏ ਜਾ ਨਾ ਬਿਜਲੀਏ ਵਾਹ ਤੇਰੀ ਰੁਸ਼ਨਾਈ ਤੂੰ ਇੰਦਰ ਦੇ ਖਾੜੇ ਵਿੱਚੋਂ ਪਰੇ ਉਤਰ ਕੇ ਆਈ ਬੂੰਦ ਬੂੰਦ ਤੇਰੀ ਮੋਤੀ ਵਰਗੀ ਨਦੀਆਂ ਵਿੱਚ ਸਮਾਈ ਇਹ ਨਦੀਆਂ ਨੂੰ ਇਕੱਠਿਆਂ ਕਰਕੇ ਨੰਗਲ ਡੈਮ ਬਣਾਈ ਪਾਵਰ ਹਾਊਸ ਤੋਂ ਚੱਲਦੀ ਜਿਹੜੀ ਹੁਨਰਮੰਦਾਂ ਦੀ ਜਾਈ ਪਾਵਰ ਹਾਊਸ ਤੋਂ ਜਲਦੀ ਜਿਹੜੀ ਹੁਨਰਮੰਦਾਂ ਦੀ ਜਾਈ ਬਟਨ ਦਬਾਇਆ ਬਲ ਦੇ ਲਾਟੂ ਕੁੰਡ ਚੱਕਿਆਂ ਰੋਸ਼ਨਾਈ ਕੀ ਬਾਤ ਹੈ ਤੇ ਬੀਜਲੀ ਬੋਰਡ ਦੇ ਘਰ ਵਾਲੀ ਤੇ ਦੀਵੇ ਦੀ ਪਰਝਾਈ ਬੀਜਲੀ ਬੀਜਲੀ ਬੋਰਡ ਦੇ ਘਰ ਵਾਲੀ ਤੇ ਦੀਵੇ ਦੀ ਪਰਝਾਈ ਬਿਜਲੀ ਨੇ ਗੁਰਦਾਸ ਮਾਨ ਨੂੰ ਇੱਜ਼ਤ ਬੜੀ ਦਿਵਾਈ ਕੀ ਬਾਤ ਹੈ ਸਦਕੇ ਜਾਮਾ ਉਹਨਾਂ ਦੇ ਜਿੰਨਾ ਘਰ ਘਰ ਵਿੱਚ ਪਹੁੰਚਾਈ ਲੱਖਾਂ ਤਾਂ ਚੋਰਾਂ ਦੇ ਜਿਹੜੇ ਬੈਠੇ ਕੁੰਡੀ ਲਾਈ ਇਸ ਬਿਜਲੀ ਨੂੰ ਹੋਰ ਨਹੀਂ ਵਰਤੋ ਜਿੰਨੀ ਲੋੜ ਹੈ ਭਾਈ ਨਹੀਂ ਤੇ ਹੋ ਜਾਊਗਾ ਬਿਜਲੀ ਦੇ ਕਰਜ਼ਾਈ ਪੰਜਾਬ ਸਰਕਾਰ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਮੁਫਤ ਦੇਣ ਦੀ بجائے ਕੋਈ ਥੋੜਾ ਜਿਹਾ ਵਧੀਆ ਮੁਫਤ ਕੋਈ ਚੀਜ਼ ਨਹੀਂ ਦੇਣੀ ਚਾਹੀਦੀ ਬਾਬਾ ਬਿਲਕੁਲ ਬਿਲਕੁਲ ਮੁਫਤ ਵਾਲੀ ਗੱਲ ਸੁਣਨਾ ਇੱਕ ਬੰਦਾ ਛਤਰੀ ਲੈਣ ਜਾ ਰਿਹਾ ਸੀ ਉਹ ਕਹਿੰਦਾ ਜੀ ਮੈਂ ਛਤਰੀ ਲੈ ਕੇ ਜਾਣਾ ਬਲੈਂਡ ਜਾਣਾ ਯਾਰ ਕਹਿੰਦਾ ਮੈਂ ਤੂੰ ਜਿਹੜੀ ਚੀਜ਼ ਮਰਜ਼ੀ ਲੈ ਕੇ ਆ ਜੀ ਪਰ ਜਿਹੜਾ ਜਿਹੜਾ ਦੁਕਾਨਦਾਰ ਕਵੇ ਨਾ ਜਿਹੜਾ ਸੌਦਾ ਕਵੇ ਕਿ ਮੈਂ ਇਹਨਾਂ ਦੇ ਐਨੇ ਦੀ ਦੇਣੀ ਹੈ ਇਹ ਵੇਚਣੀ ਹੈ ਤਾਂ ਉਹ ਉਹਦਾ ਅੱਧਾ ਮੁੱਲ ਦਸੀ ਹੁਣ ਜਾ ਕੇ ਜੋ ਛਤਰੀ ਕਹਿੰਦਾ 50 ਰੁਪਏ ਹੈ ਕਹਿੰਦਾ 25 ਦੇਵਾਂਗਾ ਹਾਂਜੀ ਉਹ ਕਹਿੰਦਾ ਯਾਰ ਸਵੇਰੇ ਸਵੇਰਾ ਦਾ ਵੇਲਾ ਹੈ ਬੋਣੀ ਦਾ ਵੇਲਾ ਹੈ ਹਾਂਜੀ ਤੂੰ ਐ ਕਰ ਚੱਲ 25 ਕੱਢ ਕਹਿੰਦਾ 12 ਦੇਵਾਂਗਾ ਮਤਲਬ ਉਹਦਾ ਅਦਾ ਅਦਾ ਕਰਦਾ ਉਹ ਜਦੋਂ ਯਾਰ ਕਹਿੰਦਾ ਚੱਲ ਛੱਡ ਯਾਰ ਤੂੰ 12 ਕੱਢ ਯਾਰ ਕਹਿੰਦਾ ਨੇ 6 ਦੇਉਂਗਾ ਉਹ ਐਨਾ ਦੁਖੀ ਸੀ ਕਹਿੰਦਾ ਚੱਕ ਯਾਰ ਮੁਫਤ ਲੈ ਲੈ ਕਹਿੰਦਾ 2 ਲਵਾਂਗਾ ਇਸ ਤਰ੍ਹਾਂ ਦਾ ਪ੍ਰੋਬਲਮ ਕਿ ਕਦੇ ਵੀ ਜਿਹੜੀ ਚੀਜ਼ ਮੁਫਤ ਦੇਓਗੇ ਨਾ ਜੀ ਉਹਦਾ ਉਹਦਾ ਅਹਿਸਾਸ ਹੀ ਨਹੀਂ ਹੁੰਦਾ ਬੰਦੇ ਨੂੰ ਬਿਲਕੁਲ ਬਿਲਕੁਲ ਹਾਂ ਜੀ ਕਿਸੇ ਨੂੰ ਤੁਸੀਂ ਐਵੇਂ ਦਿਖਾ ਦੇ ਇਹਦੀ ਪ੍ਰੈਜੈਂਟੇਸ਼ਨ ਦਾ ਤਾਂ ਮੁੱਲ ਹੈ ਸਾਰਾ ਹਾਂ ਜੀ ਕਿਸੇ ਚੀਜ਼ ਨੂੰ ਪੇਸ਼ਕਾਰੀ ਦੇ ਵਿੱਚ ਤੁਸੀਂ ਲਿਆ ਕੇ ਕਿਸੇ ਬੰਦੇ ਨੂੰ ਤੁਸੀਂ ਚਾਹੇ ਉਹ ਗਲੀ ਦੇ ਵਿੱਚ ਘਾਰੇ ਆ। ਅੱਜ ਕੱਲ ਜਿਹੜੇ ਰਿਐਲਿਟੀ ਸ਼ੋਜ਼ ਹੋ ਰਹੇ ਨੇ। ਹਾਂਜੀ। ਉਹ ਹੈ ਗਲੀਆਂ ਦੇ ਮੁੰਡੇ ਆ ਨਾ। ਬਿਲਕੁਲ। ਕੋਈ ਕਿਤੋਂ ਦਾ ਵਿਚਾਰਾ ਕੋਈ ਮਜ਼ਦੂਰ ਦਾ ਮੁੰਡਾ ਹੈ ਕੋਈ ਕਿਤੋਂ ਦਾ ਮੁੰਡਾ। ਜਦੋਂ ਉਹਦੇ ਵਾਲ ਆੜੇ ਟੇੜੇ ਜੇ ਕਰਕੇ ਸਿੱਧੇ ਬੁੱਧੇ ਕਰਕੇ ਸਟੇਜ ਤੇ ਖੜਾ ਹੁੰਦਾ ਉਹ ਬੰਦੇ ਨੂੰ ਪੇਸ਼ਕਾਰੀ ਐਸੀ ਕਰ ਦਿੰਦੇ। ਬਿਲਕੁਲ ਬਿਲਕੁਲ। ਬਾਕੀ ਉਹਦੇ ਅੰਦਰ ਦਾ ਹੁਨਰ ਤਾਂ ਹੈ ਹੀ ਐ। ਹੁਨਰ ਤੋਂ ਬਣਾ ਨਹੀਂ ਬੰਦਾ। ਹੁਨਰ ਦੇ ਨਾਲ ਹੀ ਐ ਸਾਰਾ ਕੁਝ। ਸੋ ਪੇਸ਼ਕਾਰੀ ਦਾ ਮੁੱਲ ਐ। ਫਿਰ ਉਹ ਬੱਚੇ ਦਾ ਮੁੱਲ ਪੈ ਜਾਂਦਾ। ਕਿ ਯਾਰ ਇਹ ਉਹ ਰਿਐਲਿਟੀ ਸ਼ੋਅ 'ਚ ਆਇਆ ਥਾ ਯਾਰ ਬੱਚਾ ਤੁਹਾਡੀ ਇੰਨੀ ਅਕੰਪਲਿਸ਼ਡ ਲਾਈਫ ਹੈ ਲਾਈਕ ਆਰ ਯੂ ਪਲੈਨਿੰਗ ਟੂ ਰਾਈਟ ਅ ਬੁੱਕ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੀ ਜ਼ਿੰਦਗੀ ਦਾ ਉਹ ਸਾਰਾ ਜੋ ਮੈਂ ਦੇਖਿਆ ਇੱਕ ਇੱਕ ਪਲ ਦਾ ਹਿਸਾਬ ਮੈਂ ਉਹਦੇ ਚ ਲਿਖਾਂ ਆਪਣੇ ਕਿੰਨੇ ਮੈਂ ਕਿਸ ਕਿਸ ਤਰ੍ਹਾਂ ਦੇ ਦੌਰ ਦੇ ਵਿੱਚ ਮੈਂ ਗੁਜ਼ਰ ਕੇ ਆਇਆ ਕਿਵੇਂ ਆਇਆ ਕਿਸ ਤਰ੍ਹਾਂ ਆਇਆ ਕਿਵੇਂ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਯਾਰ ਕਿੰਨੀ ਸੌਖੀ ਮਿਲ ਗਈ ਹੋएगी ਚੀਜ਼ ਕਿ ਬੰਦਾ ਯਾਰ ਹਰ ਵੇਲੇ ਬੰਦੇ ਦਾ ਇਹਦਾ ਯਾਰ ਬੜਾ ਇਹਨੂੰ ਪਿਆਰ ਕਰਦੀ ਹੈ ਦੁਨੀਆ ਉਸ ਪਿਆਰ ਦੇ ਪਿੱਛੇ ਦੁਸ਼ਵਾਰੀਆਂ ਕਿੰਨੀਆਂ ਇਹ ਕਿਸੇ ਨੂੰ ਨਹੀਂ ਪਤਾ ਹਾਂਜੀ ਉਹ ਉਹ ਉਸ ਚੀਜ਼ ਦੇ ਉੱਤੇ ਉਹ ਵੇਰਾ aquela ਕਿਤਾਬ ਆਪਣੀ ਆਟੋ ਬਾਇਓਗ੍ਰਾਫੀ ਦੇਖਣ ਦੀ ਮੈਂ ਕੋਸ਼ਿਸ਼ ਕਰੂੰਗਾ ਜੀ ਮੈਨੂੰ ਸਮਤ ਬਖਸ਼ੀ ਮਾਲਕ ਨਹੀਂ ਨਹੀਂ ਵੀ ਆਰ ਲੁਕਿੰਗ ਫੋਰਵਰਡ ਤੇ ਮੇਰ ਕਰਦੇ ਆ ਰੱਬ ਮੇਰ ਕਰੇ ਅਰਦਾਸ ਕਰਦੇ ਆ ਰੱਬ ਮੇਰ ਕਰੇ ਤੇ ਵੀਲ ਹੈਵ ਸਮ ਆਡੀਅנס ਕੁਐਸਚਨਸ ਨਾਓ ਜੀ मुझे बस बोलना है मेरे बचपन की बातें आपको क्योंकि मेरे पापा जब भी आपको देखते बन पे, जब मैं स्कूल में तो थे जब डी वन पे जाया करती थी देखो देखो तो मम्मी को पूछती थी मम्मी क्यों गुरुदास मान जी को आप पापा ऐसा क्यों बोलते हैं तो पता नहीं क्यों शायद मेरा और उनका चेहरा मिलता तो मैं सिर्फ पंजाबी में जानती थी तो सिर्फ आपको क्योंकि बचपन से मैं पहले आपको देखा मैंने बाद में सारे आ गए जो मेरे, मेरे, दलेर मेहंदी वगैरह वगैरह लेकिन जी, मैं आपकी बहुत बड़ी फैन हूँ और उस हिसाब से मैं आपकी भांजी हो गई यकीन यकीन हो गए ये ये रिश्ते सबसे बड़े रिश्ते होते हैं जी, हो जी। जो ऐसे ही बनते हैं सो मैं बहुत रिगार्ड्स करता आप मम्मी के और पापा को बहुत बहुत, दोनों क्या बात ਦੂਰਦਰਸ਼ਨ ਦੇਖ ਲੋ ਯਾ ਹਾਂ ਉਹਨਾਂ ਦਿਨਾਂ ਮੈਂ ਕਿਉਂਕਿ ਸਾਰੀਆਂ ਚੀਜ਼ਾਂ ਉਸੇ ਤੇ ਹੁੰਦੀਆਂ ਸੀ ਦੂਰਦਰਸ਼ਨ ਤੇ ਕ੍ਰਿਸ਼ੀ ਦਰਸ਼ਨ ਆ ਖੇਤੀਬਾੜੀ ਪ੍ਰੋਗਰਾਮ ਉਸੇ ਮੇ ਚਿੱਤਰਹਾਰ ਉਸੇ ਮੇ ਫਿਲਮ ਉਸੇ ਮੇ ਖਬਰਾਂ ਜੇ ਮੈਨੂੰ ਅਸੀਂ ਜਦੋਂ ਪ੍ਰੋਗਰਾਮ ਦੇਣਗੇ ਨਾ ਜੀ ਆਪਣਾ ਪਹਿਲੀ ਸਾਡੀ ਰਿਕਾਰਡਿੰਗ ਹੋਣ ਲੱਗੀ ਹਾਂਜੀ ਦਿਲ ਦਾ ਮਾਮਲਾ ਦਿਲ ਦੇ ਮਾਮਲੇ ਦੀ ਸਾਰੀ ਟੀਮ ਬੈਠੀ ਹੈ ਉਹ ਉਹ ਕਹਿੰਦਾ ਯਾਰ 10 ਮਿੰਟ ਰਹਿ ਗਏ ਬਾਅਦ ਖਬਰਾਂ ਵਾਲਿਆਂ ਨੇ ਵੀ ਇੱਥੇ ਆਉਣਾ 10 ਮਿੰਟ ਜੇ ਰਿਕਾਰਡਿੰਗ ਹੁੰਦੀ ਹੈ ਤਾਂ ਕਰੋ ਨਹੀਂ ਤਾਂ ਸਾਰਾ ਟਿੰਡ ਪੜ ਗਿਆ ਕਸਮ ਨਾਲ ਜਸਤਰਾ ਹੋਇਆ ਉਹ ਲਿਖਨ ਤੇ ਸਾਨੀ ਸਾਹਿਬ ਸੀਗੇ सुरेंद्र ਸਾਨੀ ਸਾਹਿਬ ਕਹਿੰਦੇ じゃ ਸ਼ੁਰੂ ਕਰੋ ਉਹਨਾਂ ਨੇ ਪੁੱਠੀ ਗਿਣਤੀ ਸ਼ੁਰੂ ਕਰ ਦੇਣਾ ਜਿਵੇਂ ਸਪੇਸ ਸ਼ਟਰ ਜਾਂਦੀਆਂ ਹੁੰਦੇ 9 10 ਔਰ 10 9 ਸਭ 8 7 ਜੋ ਵੀ ਹੈ ਫਿਰ ਉਸ ਤੋਂ ਬਾਅਦ ਸਾਨੂੰ ਗਾਉਣਾ ਸ਼ੁਰੂ ਕਰਨਾ ਆਉਂਦਾ ਸੀ ਤੇ ਉਹ ਦਿਲ ਦਾ ਮਾਮਲਾ ਉਹ ਵਾਕਿਆ ਹੀ ਐਸਾ ਹੋਇਆ ਉਹ ਜਦੋਂ ਹੋਇਆ ਰਿਕਾਰਡ ਤੇ ਸਾਨੂੰ ਬੱਸ ਦੇ ਵਿੱਚ ਲੈ ਕੇ ਚਲੇ ਗਏ ਇੱਕ ਕੋ ਬੱਸ ਜਿਹੜੀ ਉਹਨਾਂ ਦੀ ਖੜੀ ਸੀ ਨਾ ਉਹਦੇ 'ਚ ਹੀ ਰਿਕਾਰਡਿੰਗ ਦਾ ਸਾਰਾ ਸਿਸਟਮ ਲੱਗਿਆ ਹੁੰਦਾ ਸੀ ਸੋ ਉੱਥੇ ਜਾ ਕੇ ਆ ਜਾ ਕਹਿੰਦਾ ਤੈਨੂੰ ਦਿਖਾਈਏ ਉਕੀ ਕੀਤਾ ਸੋ ਮੈਂ ਉਹਦੇ ਜਾ ਕੇ ਦੇਖਿਆ ਸਾਰੀਆਂ ਚੀਜ਼ਾਂ ਮੈਨੂੰ ਆਪਣੇ ਆਪ ਨੂੰ ਇੰਨਾ ਚੰਗਾ ਲੱਗਿਆ ਯਾਰ ਉਹ ਡਿਫਰੈਂਟ ਐਂਗਲਸ ਦੇ ਉੱਤੋਂ ਕੈਮਰਾਜ਼ ਦੀ ਉਹ ਜਿਹੜੀ ਪ੍ਰੋਡਕਸ਼ਨ ਸੀਗੀ ਕਮਾਲ ਸੀ ਹਾਂਜੀ ਤਾਂ ਮੈਂ ਪਹਿਲੀ ਵਾਰੇ ਆਪਣੇ ਆਪ ਨੂੰ ਦੇਖ ਕੇ ਔਰ ਉਸ ਪ੍ਰੋਗਰਾਮ ਤੋਂ ਬਾਅਦ ਤੋਂ ਮੇਰਾ ਖਿਆਲ ਹੈ ਹਿੰਦੁਸਤਾਨ ਦੇ ਪਾਕਿਸਤਾਨ ਦੇ ਆਸ-ਪਾਸ ਦੀਆਂ ਜਨੀਆਂ ਵੀ ਜਿਹਨਾਂ ਲੋਕਾਂ ਨੇ ਦੇਖਿਆ ਉਹ ਉਹਨਾਂ ਦੇ ਖਾਤੇ ਨਹੀਂ ਆਏ ਕਿ ਉਹਨਾਂ ਨੂੰ ਦੁਬਾਰਾ ਰਿਕਾਰਡਿੰਗ ਇੱਕ ਹੋਰ ਕਰਨੀ ਪਈ बहुत जल्दी सो so, वही मालिक ने मेरा ख्याल साढ़े वास्ते राह खोल बस मैं बीदर की हूँ बीदर मेरे गुरु नानक पाशा जी महाराज जी हाँ जी तो मैं पंजाबी का एबीसीडी नहीं जानती तो सिर्फ पंजाबी में पंजाबी उड़ा उड़ा ही नहीं हाँ डाल देंगे अगर कहते हो <laughs> <laughs> तो मैं वही शेयर करना चाहती थी क्योंकि दूरदर्शन में सिर्फ पंजाबी में सिर्फ आपको जानते थे हम क्योंकि थर्टी में तो वही आता था हाँ, हाँ, जी, हाँ जी तो आपके शोज हमने बहुत देखे हैं तब से मैं आपकी फैन हूँ बचपन से तो मुझे आपसे मिलने का मौका बा, मिला बा, बा, बा। मैं बहुत ही खुश नसीब हूँ थैंक यू थैंक यू पान जी जी थैंक यू पल्ल भी है मेरे साइन था। मेरे साइन थैंक यू था। ਤੁਹੇ ਕੋ ਦਸਵੰਸਾਪ ਨਮਸਕਾਰ ਮੈਂ ਵੀ ਗਿੱਦੜਵਾਇ ਤੋਂ ਆ ਗਿੱਦੜਬਾਹ ਉਹ ਕੀ ਬਹਾਤ ਹੈ ਕਾਰ ਵੀ ਦੇਖਿਆ ਬੈਂਟਾਬਾਦ ਕੋਲੇ ਰਹਿੰਦੇ ਸੀ ਬੈਂਟਾਬਾਦ ਕੋਲੇ ਰਹਿੰਦੇ ਸੀ ਅਬ ਬੈਂਟਾਬਾਦ ਦੇ ਕੋਲ ਅਸੀਂ ਪਹਿਲਾਂ ਪਿੰਡ ਦੇ ਵਿੱਚ ਅੰਦਰ ਰਹਿੰਦੇ ਸੀ ਹਾਂ 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 ਮੇਰਾ ਜਿੱਥੇ ਮੇਰਾ ਜਨਮ ਹੋਇਆ ਸੀ ਉਹ ਉਸ ਕਰਦੇ ਅੰਦਰ ਸੀਗੇ ਫਿਰ ਉਸ ਤੋਂ ਬਾਅਦ ਬਾਹਰਲੇ ਪਾਸੇ ਬਾਈਪਾਸ ਹਾਂਜੀ ਹਾਂ ਜੀ ਫਿਰ ਬੈਂਟਾਬਾਦ ਦੇ ਕੋਲ ਨੀਲਾ ਗੇਟ ਹੈ ਮੈਂ ਹਾਂਜੀ ਨੀਲੇ ਰੰਗ ਦਾ ਗੇਟ ਹੈ ਹਾਂ ਮੈਂ ਬੈਂਟਾਬਾਦ ਰਿਹਾ ਹਾਂ ਕੀ ਬਾਤ ਵਾਹ ਮੈਂ ਆਪਣੇ ਸਾਰੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਯਾਦ ਰੱਖਣਾ ਇਹੀ ਤਾਂ ਜ਼ਿੰਦਗੀ ਦਾ ਹਿੱਸਾ ਨੇ ਇਹ ਹੀ ਯਾਦਾਂ ਨੇ ਹਾਂਜੀ ਮੈਂ ਆਪਣੇ ਕੱਲ ਸਾਰੇ ਉਧਰ ਦੇ ਯਾਰ ਬੇਲੀਆਂ ਉਹ ਦੱਸਿਆ ਮੈਂ ਗੁਰਦਾਸ ਮਾ ਜੀ ਨੂੰ ਵੀ ਸਿਤਾ ਸਿੰਘ ਉਹ ਗੁਰਦਾਸ ਮਾ ਜੀ ਸਾਡੇ ਕੋਲੇ ਆ ਰਹੇ ਆ ਜੀ ਹਏ ਵਾਹ ਵਾਹ ਬਹੁਤ ਦੁਦੀਆ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਥੈਂਕ ਯੂ ਬਹੁਤ ਕਿੰਨਾ ਕ ਹਜੇ ਤੁਸੀਂ ਉੱਥੇ ਰਹਿੰਦੇ ਹੋ ਜਾਂ ਵਿਜ਼ਿਟ ਕਰਦੇ ਹੋ ਜਗ੍ਹਾ ਘਰ ਛੱਡਿਆ ਤੇ ਸਾਰਾ ਕੁਝ ਮਿਲਿਆ ਘਰ ਛੱਡਣਾ ਪੈਂਦਾ ਜੋਗੀ ਬਣਨਾ ਪੈਂਦਾ ਜੋਗੀ ਜਿਹੜੇ ਬਣ ਕੇ ਨਿਕਲੇ ਨੇ ਉਹਨਾਂ ਨੂੰ ਹਿੱਸੇ ਆਈਆਂ ਚੀਜ਼ਾਂ ਤੁਸੀਂ ਉਹ ਘਰ ਛੱਡੇ ਨੇ ਤੇ ਦੁਨੀਆ ਦੇ ਰੰਗਾਂ ਦੇ ਵਿੱਚ ਇਹ ਸਮੁੰਦਰ ਹੈ ਨਹੀਂ ਤਾਂ ਖੁੱਦ ਆ ਡੱਡੂ ਬਣ ਕੇ ਤਾਂ ਉੱਥੇ ਫਿਰ ਉੱਥੇ ਹੀ ਰਹਿ ਜਾਂਦਾ ਜੇ ਸਮੁੰਦਰ ਦੀ ਤਾਰੀ ਲਾਉਣੀ ਹੈ ਤਾਂ ਫਿਰ ਦੁਨੀਆ ਦੇਖਣੀ ਚਾਹੀਦੀ ਤੁਰ ਫਿਰ ਕੇ ਦੇਖਣੀ ਚਾਹੀਦੀ ਹਾਂ ਬਾਕੀ ਗੂਗਲ ਤੇ ਹਾਂ ਬਾਕੀ ਗੂਗਲ ਤੇ ਦੇਖ ਲਿਓ ਤਾਂ ਗੂਗਲ ਤੇ ਆਪਣਾ ਘਰ ਲੱਭ ਲੈਣਾ ਹੁਣ ਇਹ ਇੱਥੇ ਹੈ ਘਰ ਸ਼ਾਊਟ ਆਊਟ ਟੂ ਦ ਮੈਪਸ ਟੀਮ <laughs> <laughs> नमस्ते सर आफ्टर मैप्स आई वांटेड टू आउट टू यूट्यूब आपकी बहुत सारी बहुत सुंदर वीडियोस यूट्यूब पे अवेलेबल हैं जिसमें आप बहुत एटीज़ की जो आप सिंगिंग करते थे पुरानी पुरानी हम हाँ उन्हें बार 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 सुनते हैं और बहुत बहुत इंजॉय करते हैं बहुत बार मैंने आपकी जो बोलियाँ आपने गाई हैं बहुत पुराने टाइम पे जिसमें बहुत कम म्यूजिकल इंस्ट्रूमेंट्स आप यूज़ करते थे सिर्फ एक मटका होता था और जी 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 आप चिमटे पे जो गाते थे मतलब बहुत बहुत अच्छा लगता है अभी भी आपके कोक स्टूडियो और उसमें मतलब कोई कंपैरिजन नहीं है वो बहुत सुंदर लगती है अभी भी वह जैसा आपको ब, मतलब बहुत बहुत थैंक्स बोलना चाहती थी ऐसी सिंगिंग अभी मतलब हम लोग बहुत बहुत इंजॉय करते हैं अभी भी मतलब इतने सारे इंस्ट्रूमेंट्स आ गए हैं बट वो जो आपका चिमटे वाली सिंगिंग वो चीज़ें जो वो कमाल थी मैं अभी भी वो चीज़ें देखता हूँ उस म्यूजिक को सुनता हूँ अपनी उस वीडियो को देखता हूँ तो मुझे बहुत अच्छा लगता है हाँ जी क्योंकि वो गीत जो पुराने हैं गा के मुझे बहुत मजा आता वो इतने कहते हैं ना मंत्र जो है बोल बोल के जब वो इतना सिद्ध हो जाता है हाँ जी क्यों फिर एक आपके साथ उसको वर देने लगता है वो वो एनर्जी देने लगता है पावर देने लगता है हाँ ऐसे हाँ वो गीत हैं जितनी बार मैं गाए हैं स्टेज पे जैसे छल्ला है जितनी बार गाया उसके बिना मेरा मतलब मेरा ख्याल शो कम्प्लीट नहीं होता ਪੀੜ ਤੇਰੇ ਜਾਣ ਦੀ ਮੈਂ ਲਾਸਟ ਮੇ ਗਾਣਾ ਹੀ ਗਾਣਾ ਹੈ ਇੱਕ ਪੀੜ ਤੇ ਬਲਰ ਜਾਣ ਦੀ ਯਾ ਮੈਂ ਇਹ ਬੋਲ ਰਹੀ ਸੀ ਕਿ ਇੱਕ ਇੱਕ Song please please ਆਪ ਜ਼ਰੂਰ ਸੁਣਾਈਏ please ਛੱਲਾ ਛੱਲਾ please ਕਾ ਬਾਤ ਹੈ ਮੇਰੇ ਸਾਇਆ ਦੇਖਿਆ ਸਾਡੇ ਇਨਸਟਰੂਮੈਂਟ ਨਾਲ ਹੀ ਪਏ ਅਸੀਂ ਘਰੇ ਗਏ ਕਿਸੇ ਦੇ ਤੇ ਉੱਥੇ ਸਾਰੀਆਂ ਬੀਬੀਆਂ ਕਹਿੰਦੀ ਹੈ ਭਾਈ ਸਾਨੂੰ ਵੀ ਸੁਣਾ ਕੇ ਜਾ ਤੇ ਅਸੀਂ ਸਾਡੇ ਕੋਲੇ ਡਫਲੀ ਤਾਂ ਹੈ ਨਹੀਂ ਮੈਂ ਕਿਹਾ ਤੁਹਾਡੇ ਕੋਲੇ ਪ੍ਰਾਤ ਤਾਂ ਹੋਣੀ ਹੈ ਤਾਂ ਉਹਨੇ ਉਹਨਰ ਸੋਈ ਦੇ ਵਿੱਚੋਂ ਪ੍ਰਾਤ ਲੈ ਆ ਕੇ ਦਿੱਤੇ ਫਿਰ ਪ੍ਰਾਤ ਦੇ ਉੱਤੇ ਗਏ ਭੀੜ ਤੇਰੇ ਜਾਣਦੀ ਭੀੜ ਤੇਰੇ ਜਾਣਦੀ ਕਿੱਦਾਂ ਜਾ ਰਾਂਗਾ ਮੈਂ ਭੀੜ ਤੇਰੇ ਜਾਣਦੀ ਕਿੱਦਾਂ ਜਰਾਂ ਗਮੈਂ ਤੇਰੇ ਬਗਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣੀ ਪੀੜ ਤੇਰੇ ਜਾਣੀ ਐਨ ਕਾਫੀ ਆਚਾਨਕ ਸ਼ੁਰੂ ਕਰਨਾ ਪੈ ਜਨਾ ਫਿਰ ਇੱਕਦਮ ਗळा ਸਾਡੇ ਧੱਕੇ ਵਾਲੇ ਗਲੇ ਆ ਤੱਕਾ ਸਟਾਰਟ ਸੱਸੀ ਗਲਮਾਨ ਸਾਹਿਬ ਜੀ ਸੱਸੀ ਕਲਬਾ ਸ਼ਹਿਰ ਤੋਂ ਹੈ ਪਟਿਆਲਾ ਤੋਂ ਇਹ ਪਟਿਆਲਾ ਕੀ ਬਾਤ ਮੋਤੀ ਬਾਗ ਮਾਊਂਟਨ 뷰 ਦਾ ਸਫਰ ਕਰ ਲਿਆ ਵਾ 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 ਤੇ ਮੋਤੀ ਬਾਗ ਮੈਟਰ ਨੂੰ ਦੇਖਦੇ ਦੇਖਦੇ ਵੱਡਾ ਹੋਇਆ ਛੋਟੇ ਹੁੰਦੇ ਤੋਂ ਦੇਖਦੇ ਆ ਤੁਸੀਂ ਇੰਨੇ ਕਮਜ਼ੋਰ ਕਿਉਂ ਹੋ ਗਏ ਆ ਵਾਕੇ ਕਮਜ਼ੋਰ ਕਮਜ਼ੋਰ ਮੇਰਾ ਕਹਿਲਾ ਹਰ ਜਿਹੜਾ ਪੌਦਾ ਜਦੋਂ ਲੱਗਦਾ ਹੈ ਹੌਲੀ ਹੌਲੀ ਵੱਡਾ ਹੁੰਦਾ ਹੈ ਫਿਰ ਉਹ ਦਰਖਤ ਬਣਦਾ ਜਾਂਦਾ ਹੈ ਫਿਰ ਉਹਦੇ ਪੱਤੇ ਪੁੱਤੇ ਝੜਨੇ ਸ਼ੁਰੂ ਹੋ ਜਾਂਦੇ ਆ ਨਹੀਂ ਤੁਸੀਂ ਜਵਾਨ ਹੋ ਗਏ ਨਾ ਮਗਰ ਜਿਹੜੀ ਸਾਡੇ ਜਿਹੜੇ ਅੰਦਰ ਦੀ ਬਾਹਰੋਂ ਕੁਝ ਬਹੁਤ ਫਰਕ ਪਿਆ ਹੋਣਾ ਕਮਜ਼ੋਰੀ ਦੇ ਵਿੱਚ ਪਰ ਜਦੋਂ ਮੰਚ ਤੇ ਜਾਈਦਾ ਸਟੇਜ ਤੇ ਜਾਈਦਾ ਸਾਡੇ ਵਾਸਤੇ ਉਹੀ ਜਿਹੜੀ ਮੇਨ ਤਾਕਤ ਹੈ ਜੇ ਸਟੇਜ ਤੇ ਅਸੀਂ ਠੀਕ ਹੈ ਤਾਂ ਇਹਦਾ ਮਤਲਬ ਹੈ ਕਿ ਅੰਦਰ ਠੀਕ ਹੈ ਉੱਥੇ ਕੋਈ ਕਮੀ ਨਹੀਂ ਹਾਂ ਉੱਥੇ ਉੱਥੇ ਕਮੀ ਨਾ ਰਵੇ ਬਸ ਬਾਕੀ ਸਰੀਰ ਦੇ ਵਿੱਚ ਤਾਂ ਕਮੀਆਂ ਪੇਸ਼ੀਆਂ ਆਉਂਦੀਆਂ ਰਹਿੰਦੀਆਂ ਕਿਉਂਕਿ ਉਮਰ ਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਬਦਲਾਅ ਆਉਂਦੇ ਆ ਰੁੱਤਾਂ ਬਦਲਦੀਆਂ ਮੌਸਮ ਬਦਲਦੇ ਨੇ ਲਿਬਾਸ ਬਦਲਦੇ ਨੇ ਵਿਦਿਆਜ ਬਦਲਦੇ ਨੇ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਸੋ ਇਸ ਸਰੀਰ ਦਾ ਟਲਣਾ ਵੀ ਬਹੁਤ ਜ਼ਰੂਰੀ ਹੈ ਨਾਲੇ ਜਿਹੜੀ ਗੁੱਡੀ ਚੜੀ ਹੋਵੇ ਦਾ ਉਤਰਨਾ ਵੀ ਬਹੁਤ ਜ਼ਰੂਰੀ ਹੈ ਇਹ ਮਿਹਰਬਾਨ ਸਤਿਗੁਰ ਗੁਰਦਾਸ ਮਾਂਟੀ ਸਤਿ ਸ਼੍ਰੀ ਅਕਾਲ ਜੀ ਮੇਰਾ ਕੁਐਸਚਨ ਤੁਹਾਨੂੰ ਇਹ ਹੈਗਾ ਤੁਸੀਂ ਹੁਣੇ ਕੋਕ ਸਟੂਡੀਓ ਚ ਕਾਇਆ ਸੀਗਾ ਦਿਲਜੀਤ ਨਾਲ ਉਹ ਅੱਜ ਤੇ ਯੰਗ ਕਲਾਕਾਰ ਹੈਗੇ ਐ ਤੇ ਤੁਸੀਂ ਇੰਨੇ ਪੁਰਾਣੇ ਕਲਾਕਾਰ ਤੁਹਾਨੂੰ ਕੀ ਫਰਕ ਲੱਗਿਆ ਉਹ ਨਵਾਂ ਤੇ ਪੁਰਾਣਾ ਜਦੋਂ ਇਕੱਠਾ ਉਹਦਾ ਮਿਕਸਚਰ ਹੁੰਦਾ ਨਾ ਕੋਈ ਨਵੀਂ ਚੀਜ਼ ਬਣ ਜਾਂਦੀ ਹੈ ਤਾਂ ਨੂੰ ਕਿਹਾ ਅੱਜ ਕੱਲ ਜਿਹੜੀਆਂ ਚੀਜ਼ਾਂ ਕੋਈ ਕਹਿੰਦਾ ਯਾਰਾ ਕੀ ਕੀ ਸਬਜ਼ੀ ਖਾਈਏ ਕਹਿੰਦਾ ਯਾਰ ਕੋਈ ਮਿਕਸ ਵੈਜੀਟੇਬਲ ਬਣਾਓ ਤੋ ਮੇਰਾ ਖਿਆਲ ਆ ਇੱਕ ਮਿਕਸ ਜਿਹੜੀ ਚੀਜ਼ ਨਵੀਂ ਚੀਜ਼ ਬਣਾ ਨਵੀਂ ਤੇ ਪੁਰਾਣੀ ਨੂੰ ਮੇਲ ਕਰਕੇ ਅੱਛਾ ਜਦੋਂ ਅਸੀਂ ਉਹ ਸਾਡੇ ਕੋਲੇ ਕੋਕ ਸਟੂਡੀਓ ਵਾਲੇ ਆਏ ਕਿ ਉਹ ਕਹਿਣ ਲੱਗੇ ਵੀ ਕੀ ਗਾਇਆ ਜਾ ਉਹਨਾਂ ਦੀ ਖੁਆਇਸ਼ ਸੀ ਕਿ ਕਮਲੀ ਯਾਰ ਦੀ ਕਮਲੀ ਗਾਇਆ ਜਾ ਸ ਮੇਰਾ ਮੈਂ ਕਿਹਾ ਯਾਰ ਕਮਲੀ ਯਾਰ ਦੀ ਕਮਲੀ ਬਹੁਤ ਗਾਇਆ ਹੈ ਕੁਛ ਇਸ ਤਰ੍ਹਾਂ ਦਾ ਉੱਚ ਨਮਾਗਾ ਆ ਜਾਵੇ ਕਹਿੰਦੇ ਆਪਾਂ ਜੇ ਦਲਜੀਤ ਨੂੰ ਵਿਚ ਨਾਲ ਲੈ ਕੇ ਗਾਈਏ ਕੁਝ ਨਵਾਂ ਕਰੀਏ ਇਸ ਤਰ੍ਹਾਂ ਤਾਂ ਕੀ ਗਾਇਆ ਜਾ ਸਕਦਾ ਮੇਰੇ ਮਨ ਦੇ ਅੰਦਰ ਦੀ ਆਵਾਜ਼ ਵੀ ਸੀ ਕਿ ਕੀ ਬਣੂ ਦੁਨੀਆ ਦਾ ਗਾਜ ਤੇ ਦਲਜੀਤ ਦੀ ਵੀ ਇਹ ਖੁਆਇਸ਼ ਸੀ ਕਿਉਂਕਿ ਉਹ ਛੇਮੀ ਦੇ ਵਿੱਚ ਜਦੋਂ ਪੜਦਾ ਸੀ ਉਹਨੇ ਕਈ ਇਨਾਮ ਇਹ ਗੀਤ ਗਾਗਾ ਕੇ ਜਿੱਤੇ ਤੇ ਮੂੰਹ ਜਵਾਨੇ ਯਾਦ ਸੀ ਤੇ ਉਹਦੀ ਵੀ ਖੁਆਇਸ਼ ਸੀ ਕਿ ਮੈਂ ਗੁਰਦਾਸ ਦੇ ਨਾਲੇ ਗੀਤ ਗਾਵਾਂ ਉਹ ਦੋਨੇ ਜਦੋਂ ਆਏ ਔਰ ਉਸਨੇ ਇੱਕ ਵਾਰੀ ਵੀ ਨਹੀਂ ਕੋਈ ਚੀਜ਼ ਕਿਹਾ ਕਿ ਮੈਂ ਇਸ ਤਰ੍ਹਾਂ ਨਹੀਂ ਕਰਨਾ ਮੈਂ ਇਸ ਤਰ੍ਹਾਂ ਨਹੀਂ ਗਾਣਾ ਮੈਨੂੰ ਕਿਹੜੀ ਲਾਈਨ ਜੋ ਮਰਜ਼ੀ ਦੇ ਦਿਓ ਇਹ ਹੁੰਦਾ ਨਹੀਂ ਕਿ ਮੈਂ ਤਾਂ ਆਹੀ ਚੀਜ਼ ਗਾਉਂਗਾ ਮੈਂ ਕਿਉਂਕਿ ਉਹ ਇਸ ਵਿਰ ਦਾ ਸਟਾਰ ਹੈ ਉਹ ਹਾਂਜੀ ਕੁਝ ਵੀ ਕਹਿ ਸਕਦਾ ਕਹਿੰਦਾ ਨਹੀਂ ਮੈਂ ਨਹੀਂ ਮੇਰੀਆਂ ਮੈਂ ਆਪ ਔਰਸ਼ਨ ਗਾਉਂਗਾ ਆਪ ਔਰਸ਼ਨ ਗਾਉਂਗਾ ਉਹ ਜਿਹੜੀਆਂ ਲਾਈਨਾਂ ਵੀ ਉਹਨਾਂ ਨੂੰ ਦੇਤੀਆਂ ਜਾਂ ਜਿਹੜੀਆਂ ਵਿੱਚ ਆ ਗਿਆ ਗਾਇਆਂ ਉਹ ਉਹੀ ਉਸ ਦੀ ਖੂਬਸੂਰਤੀ ਸੀ ਉਹ ਸਟਾਰ ਹੈ ਤੁਸੀਂ ਆਈਕਨ ਨੇ ਹਾਂਜੀ ਜੀ ਉਹ ਸਟਾਰ ਹੈ ਤੁਸੀਂ ਆਈਕਨ ਨੂੰ you are a galaxy this part of that galaxy ਅੱਜ ਦੀ ਅੱਜ ਦੇ ਜਮਾਨੇ ਵਿੱਚ ਅਗਰ ਪੰਜਾਬੀ ਕਲਚਰ ਨੂੰ ਇਨੀ ਸ਼ੋਹਰਤ ਮਿਲੀ ਹੈ ਆਈ ਥਿੰਕ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ थैंक यू ਤੁਸੀਂ ਇੱਕ ਵਾਰ ਸਾਨੂੰ ਉਹ ਗਾਣਾ ਉਹ ਸੁਣਾ ਦਿਓ ਐਕਚੁਅਲੀ ਉਹ ਮੇਰਾ ਪਰਸਨਲ ਰਿਕਵੈਸਟ ਹੈ ਸਾਨੂੰ ਸੌਦਾ ਨਹੀਂ ਪੂਗਦਾ ਆ ਕੀ ਬਣੋ ਦੁਨੀਆ ਦੇ ਵਿੱਚ ਜੀਤੀ ਗਿਆ ਤੱਬੀ ਇਸੇ ਕਰਕੇ ਰੋ ਰੇ ਇਹ ਸਾਨੂੰ ਸੌਦਾ ਨਹੀਂ ਪੁੱਗਦਾ ਉਹ ਸਾਨੂੰ ਸੌਦਾ ਨਹੀਂ ਪੁੱਗਦਾ ਓਏ ਸਾਨੂੰ ਸੌਦਾ ਨਹੀਂ ਪੁੱਗਦਾ ਸਾਨੂੰ ਇੱਕ ਤਾਂ ਹੁੰਦਾ ਸੌਦਾ ਇੱਕ ਹੁੰਦਾ 100 ਦਾ ਹਾਂਜੀ ਜਿੱਦ ਤੇ ਗਾਂਧੀ ਦੀ ਫੋਟੋ ਬਣੀ ਨਹੀਂ ਨਹੀਂ ਉਹ ਸੌਦਾ ਨਹੀਂ ਸਾਡੇ ਕਲਾਕਾਰ ਹੁੰਦਾ ਸੀ ਬਹੁਤ ਕਲਾਕਾਰ ਨਹੀਂ ਆ ਵੀ ਆਪਣੀ ਆਪਣੀ ਕਿਸਮਾਂ ਨੇ ਆਪਣੀ ਫਿਤਰਤ ਖੁਸ਼ਮਜ਼ਾਦੀ ਯਾ ਉਦੋਂ ਅਸੀਂ ਹਜੇ ਸ਼ੁਰੂ-ਸ਼ੁਰੂ ਹੋਏ ਸੀ ਮੈਂ ਮੈਂ ਕਿਹਾ ਯਾਰ ਆਪਣੇ ਨਾਲ ਕੋਈ ਗਿਟਾਰ ਵਾਲਾ ਮੁੰਡਾ ਵੀ ਰਲਾ ਲਓ ਹਾਂਜੀ ਤਾਂ ਉਹ ਸਾਡਾ ਜਤेंद्रਦਰ ਦਾਤ ਉਹਨੂੰ ਮੈਂ ਭੇਜਿਆ ਮੈਂ ਕਿਹਾ ਯਾਰ ਕੋਈ ਗਿਟਾਰ ਵਾਲਾ ਬੁਲਾ ਕੇ ਲਿਆ ਤੇ ਉਹ ਜਦੋਂ ਉਹਦੇ ਕੋਲੇ ਗਿਆ ਤਾਂ ਉਹਨੇ ਮੈਨੂੰ ਆ ਕੇ ਗੱਲ ਦੱਸੀ ਉਹ ਕਹਿੰਦਾ ਆ ਤਾਂ ਜਾਊਗਾ ਕਹਿੰਦਾ ਇੱਕ ਉਹ ਗੱਲ ਉਹਨੇ ਕਹੀ ਹੈ ਕਹਿੰਦਾ ਮੈਨੂੰ ਉਹ ਗਾਂਧੀ ਵਾਲਾ ਨੋਟ ਚਾਹੀਦਾ ਉਹ 100 ਦੇ ਫੋਟੋ ਦੇ 100 ਦੇ ਨੋਟ ਦੇ ਉੱਤੇ ਛਪਦੀ ਹੁੰਦੀ। ਨਹੀਂ ਉਹ ਪੰਜਾਬ ਚਕਾਵਤ ਹੈ ਕਹਿੰਦੇ ਸੀ ਗਾਂਧੀ ਜੀ ਦੇ ਬੰਦੇ ਆ। ਸੋ ਉਹ ਸਾਨੂੰ ਸੌਦਾ ਨਹੀਂ ਪੁੱਗਦਾ ਓਏ ਸਾਨੂੰ ਸੌਦਾ ਨਹੀਂ ਪੁੱਗਦਾ। ਓਹ ਰਾਬੀ ਤੋਂ ਚਨਾ ਪੁੱਛਦਾ ਕੀ ਹਾਲੀਏ ਸਤ ਲੁਜਦਾ ਕੀ ਹਾਲੀਏ ਸਤ ਲੁਜਦਾ ਪਿੰਡੇ ਦੂਰ ਪਿਸ਼ੋਰਾ ਦੇ ਓਏ ਪਿੰਡੇ ਦੂਰ ਪਿਸ਼ੋਰਾ ਦੇ ਪਿੰਡੇ ਦੂਰ ਪਿਸ਼ੋਰਾ ਦੇ ਓਏ ਪਿੰਡੇ ਦੂਰ ਪਿਸ਼ੋਰਾ ਦੇ ਉਹ ਵਾਗ ਦੇ ਬਾਰਡਰ ਤੇਰਾ ਪੁੱਛਦੀ ਲਹੌਰਾ ਦੇ ਹੋਰਾ ਪੁੱਛਦੀ ਲਹੌਰਾ ਦੇ ਇੱਕ ਚੀਜ਼ ਹੁਣ ਇਹਦੇ ਚ ਨਵੀਂ ਐਡ ਕੀਤੀ ਆ ਮੈਂ ਹਾਂਜੀ ਉਹ ਮੱਖੀਆਂ ਮਖਿਆਲ ਦੀਆਂ ਓਏ ਮੱਖੀਆਂ ਮਖਿਆਲ ਦੀਆਂ ਬਹੁਤ ਪੁਰਾਣਾ ਕਿਸ ਨੇ ਗਾਇਆ ਮਾਇਦਾ ਇਹ ਹਾਂਜੀ ਇੱਕ ਟੁਕੜਾ ਹੈ ਮੱਖੀਆਂ ਮਖਿਆਲ ਦੀਆਂ ਸ਼ਹਿਦ ਦੀਆਂ ਮੱਖੀਆਂ ਮੱਖੀਆਂ ਮਖਿਆਲ ਦੀਆਂ ਓਏ ਮੱਖੀਆਂ ਮਖਿਆਲ ਦੀਆਂ ਸੀਨੇ ਵਿੱਚ ਜ਼ਰ ਰੱਖ ਕੇ ਮਿੱਠੇ ਸ਼ਹਿਦ ਨੂੰ ਪਾਲਦੀਆਂ ਉਹ ਮਿੱਠੇ ਸ਼ਹਿਦ ਨੂੰ ਪਾਲਦਿਆਂ ਆਹ ਤੰਦੂਰੀ ਤਾਈ ਹੋਈ ਏ ਵੱਖਾ ਸਮਾਂ ਨੂੰ ਖਾਣ ਰੋਟੀਆਂ ਚਿੱਠੀ ਮਾਇਏ ਦੀ ਆਈ ਹੋਈ ਕਮਾਲ ਦੀਆਂ ਇੱਕ ਪੁਰਾਣਾ ਜਿਹੜਾ ਸਾਡਾ ਕਲਚਰ ਹੈ ਲੋਕ ਗੀਤ ਹੈ ਇਹ ਇਹ ਗੀਤ ਦੇ ਖਾਸ ਕਰਕੇ ਜਿਹੜਾ ਮਾਇਏ ਦੇ ਟੱਪੇ ਹਨ ਜਿਹੜੇ ਇਹ ਬਹੁਤ ਕਮਾਲ ਹੈ ਇੱਕ ਲਾਈਨ ਦੇ ਵਿੱਚ ਸਾਰੀ ਗੱਲ ਕਹਿ ਜਾਣੀ ਬਹੁਤ ਵੱਡੀ ਗੱਲ ਹੈ ਕਿ ਪਾਣੀ ਛੰਨੇ ਵਿੱਚੋਂ ਕਾਂ ਪੀਤਾ ਦੇਰੇ ਵਿੱਚੋਂ ਰੱਬ ਦੇ ਸਿਆਦ ਤੈਨੂੰ 사ਜਦਾ ਮੈਂ ਤਾਂ ਕੀਤਾ। ਕੀ ਬਾਤ ਹੈ। ਹਾਂ। ਕਿੰਨੀ ਛੋਟੀ ਜੀ ਗੱਲ ਦੇ ਵਿੱਚ। ਹਾਂ। ਕਾਲੇ ਰੰਗ ਦਾ ਗੁਲਾਬ ਕੋਈ ਨਾ ਤੇ ਤੇਰੀਆਂ ਕਿਤਾਬਾਂ ਵਿੱਚ ਵੇ ਸਾਡੀ ਗੱਲ ਦਾ ਜਵਾਬ ਕੋਈ। ਐਸੀਆਂ ਐਸੀਆਂ ਸੋਨੇ ਦੀ ਇਟਮਾਈਆ ਰੱਬ ਤੈਨੂੰ ਕਲਮ ਦਿੱਤੀ ਐਡੇ ਜ਼ੁਲਮ ਨਾ ਲਿਖਮਾਈਆ। ਤਾਂ ਪਰ ਟਪਟਪ ਕੇ ਗੋਣੇ ਮੈਨੇ। ਐਨੀ ਮਿਠਾਸ ਹੈ ਨੀ ਮਿੱਠਦ। मेरा ख्याल है जेडी सारी महफिल जे ਤੁਸੀਂ ਰਾਤ ਨੂੰ ਸ਼ੁਰੂ ਕਰੀਏ ਨਾ ਤੇ ਕਈ ਬੀਬੀਆਂ ਐਸੀਆਂ ਜਿਨ੍ਹਾਂ ਨੂੰ ਉਹ ਪੁਰਾਣਾ ਇਨਾ ਪੰਡਾਰ ਯਾਦ ਹਾਂਜੀ ਮੇਰੀ ਪੂਆ ਜੀ ਨੂੰ ਬਹੁਤ ਯਾਦ ਬੋਲੀਆਂ ਉਹਨਾਂ ਦੇ ਮੂੰਹ ਜਬਾਨੀ ਯਾਦ ਐ ਐਸੇ ਲੋਕ ਸੀ ਕਿ ਪੂਰੇ ਜ਼ਹਿਨ ਕੇ ਉਹਨਾਂ ਦੀਆਂ ਮੁਕੰਮਲ ਚੀਜ਼ਾਂ ਯਾਦ ਐ ਪੂਰੀ ਚਲਦੀ ਫਿਰਦੀ ਉਹ ਪੰਜਾਬੀ ਕਲਚਰ ਦੀ ਇੱਕ ਦੁਨੀਆ ਹੈ ਜੇ ਉਹਨਾਂ ਨੂੰ ਇਹੋ ਜਿਹੇ ਲੋਕਾਂ ਨੂੰ ਉਹਨਾਂ ਦਾ ਕਲਚਰ ਉਹਦੇ ਚੋਂ ਸੰਭਾਲਿਆ ਜਾਏ ਉਹਨਾਂ ਦੇ ਬੋਲੇ ਹੋਏ ਬੋਲ ਰਿਕਾਰਡ ਕਰ ਲੈ ਜਾ ਬਹੁਤ ਸੋਹਣੀਆਂ ਕਿਤਾਬਾਂ ਚੱਪ ਚੱਪਦੀਆਂ ਹੈਂ ਹਾਂਜੀ ਹੈਡ ਕੁਐਸਚਨ ਹੈਲੋ ਸਰ ਮੇਰਾ ਇੱਕ ਸਿੰਪਲ ਜਿਹਾ ਕੁਐਸਚਨ ਹੈਗਾ ਬਈ ਕਾਜ਼ ਮੈਂ ਤੁਹਾਨੂੰ ਬਚਪਨ ਸਾਹਿਬ ਮੁਸ਼ਕਲ ਕਿਸੇ ਦਾ ਵੀ ਨਹੀਂ ਸੀਗਾ ਮੇਰਾ ਬਚਪਨ ਤੋਂ ਤੁਹਾਨੂੰ ਦੇਖਿਆ ਹੈ ਯੂ ਆਲਵੇਸ ਇਸ ਤਰ੍ਹਾਂ ਹੀ ਰਹੇ ਹੋ ਨੈਵਰ ਉਹ ਕਹਿੰਦੇ ਭਾਜੀ ਕਹਿੰਦੇ ਕਮਜ਼ੋਰ ਮੈਨੂੰ ਵੀ ਸਮਝ ਨਹੀਂ ਆਇਆ ਕਿ ਹਾਏ ਹਾਏ ਬਟ ਦੇਖਿਆ ਮੇਰੀ ਗੱਲ ਦਾ ਗੱਲ ਦਾ ਜਵਾਬ ਮਿਲ ਗਿਆ ਇਹ ਸੀਕ੍ਰੈਟ ਮਤਲਬ ਮੇਰੇ ਵਾਸਤੇ ਤਾਂ ਇਹ ਤਸਰਾ ਸੀਕ੍ਰੀਟ ਯਾ ਤੁਹਾਡਾ ਬਸ ਸੀਕ੍ਰੀਟ ਇਹੀ ਹੈ ਇਹ ਜਿਹੜਾ ਪਿਆਰ ਹੈ ਮੁਹੱਬਤ ਹੈ ਇਹ ਜ਼ਿੰਦਾ ਰੱਖਦੇ ਬੰਦੇ ਇਹ ਜਿਹੜਾ ਤੁਸੀਂ ਹੌਸਲਾ ਦਿੰਨੇ ਹੋ ਨਾ ਇਹੀ ਮੇਰੇ ਵਾਸਤੇ એનર્ਜੀ ਹੈ ਬਾਬੇ ਜਦੋਂ ਲੋਕਾਂ ਦੇ ਸਾਹਮਣੇ ਗਾ ਕੇ ਇਹ ਇਹ ਵਚਨਬੱਧ ਹੋ ਕੇ ਅਰਦਾਸ ਕਰਕੇ ਚੱਲੀਦਾ ਹੈ ਕਿ ਮੈਂ ਕੋਈ ਮੇਰੇ ਵੱਲੋਂ ਕੋਈ ਕਸਰ ਨਾ ਰਹਿ ਜਾਏ ਮੇਰੇ ਖੂਨ ਪਸੀਨੇ ਦੀ ਕਮਾਈ ਦਾ ਕੋਈ ਹਿੱਸਾ ਕੋਈ ਕਤਰਾ ਕੋਈ ਬਾਕੀ ਰਹਿ ਨਾ ਜਾਏ ਕਿ ਮੈਂ ਇਹਨਾਂ ਦੀ ਸੇਵਾ ਦੇ ਵਿੱਚ ਇਹਨਾਂ ਇਹਨਾਂ ਮਿਟ ਜਾਵਾਂ ਕਿ ਕੋਈ ਕੋਈ ਬਾਕੀ ਨਾ ਰਹੇ ਕਿ ਮੇਰੇ ਵੱਸੇ ਕਿਸੇ ਨੇ 5 ਮਿੰਟ ਵੀ ਮੈਨੂੰ ਕਿਹਾ ਕਿ 5 ਮਿੰਟ ਗਾਉਣਾ ਹੈ ਤੇ 5 ਮਿੰਟ ਗਾਉਣਾ ਤਾਂ ਮੈਂ ਉਸ شدت ਨਾਲ ਗਾਉਣਾ ਕਿ ਜਿਵੇਂ ਮੈਂ ਪ੍ਰੋਗਰਾਮ ਕਰਨ ਵਾਸਤੇ ਇਹ ਨਹੀਂ ਕਿ ਮੈਂ ਡੰਗ ਲਾਉਣਾ ਹੈ ਮੈਂ ਆਪਣੀ ਰੂਹ ਉੱਥੇ ਲਾਉਣੇ ਲਾਉਣੀ ਹੈ ਮੇਰੇ ਮੇਰਾ ਕੰਮ ਹੀ ਹੈ ਬਾਬਾ ਕੰਮ ਉਹ ਜਿਹੜਾ ਸ਼ੌਂਕ ਨਾਲ ਕੀਤਾ ਜਾਵੇ ਤੇ ਸ਼ੌਂਕ ਤਾਂ ਕੋਈ ਮੁੱਲ ਨਹੀਂ ਤੋਂ ਮਾਨ ਸਾਹਿਬ ਕੋਈ ਪੰਜਾਬ ਪੰਜਾਬੀਆਂ ਦੇ ਨਾਲ ਤੋਂ ਤੁਸੀਂ ਇਹ ਕਿਹਾ ਸੀ ਜਿਹੜਾ ਮੇਰੀ ਮੇਰੀ એનર્ਜੀ ਇਹੀ ਹੈ ਬਾਬਾ ਮੈਨੂੰ ਇਹੀ ਜ਼ਿੰਦਾ ਰੱਖਦੀ ਹੈ ਮੇਰੇ ਵਾਸਤੇ ਇਹੀ ਤਾਕਤ ਹੈ ਔਰ ਬਹੁਤ ਸਾਰੇ ਬਜ਼ੁਰਗ ਮੈਨੂੰ ਦੁਆਵਾਂ ਦਿੰਦੇ ਨੇ ਜਦੋਂ ਉਹਨਾਂ ਦੇ ਪਹਿਰੇ ਹੱਥ ਲਾਈਦਾ ਔਰ ਜਿਉਂਦਾ ਰਹਿ ਪੁੱਤ ਜਵਾਨੀਆਂ ਮਾਣੇ ਜਵਾਨੀਆਂ ਮਾਣੇ ਦਾ ਮਤਲਬ ਮੇਰੇ ਮੈਨੂੰ ਕੁਛ ਨਾ ਕੁਛ ਤਾਂ ਦੇ ਗਿਆ ਉਹ ਦੁਆਵਾਂ ਮਤ ਦਿੰਦੀਆਂ ਨੇ ਜੀ ਸਰ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਪਜ਼ਲ ਵੀ ਹੈਗਾ ਤੁਸੀਂ ਇੰਨੀ ਜਗ੍ਹਾ ਤੁਸੀਂ ਪਰਫਾਰਮ ਕੀਤਾ ਹੈ ਮੇਰੇ ਖਿਆਲ ਨਾਲ ਕਾਫੀ ਤੁਹਾਨੂੰ ਅਗਰ ਯਾਦ ਹੋਏਗਾ ਤੁਸੀਂ ਰਾਏਪੁਰ 'ਚ ਪਰਫਾਰਮ ਕੀਤਾ ਸੀ ਐਂਡ ਰਾਏਪੁਰ ਰਾਏਪੁਰ ਦੇ ਵਿੱਚ ਐਂਡ ਤੁਸੀਂ ਐਕਚੁਅਲੀ ਸਾਡੇ ਘਰ ਆਏ ਸੀ ਸਰ ਇਸ ਟ੍ਰਿਕ ਕੀਤਾ ਸੀ ਸਾਡੇ ਨਾਲ ਮੇਰੇ ਦਾਦੇ ਦੇ ਨਾਲ ਦੇਖੋ ਤੁਸੀਂ ਦੇਖੋ ਕਿੱਥੇ ਮੇਰੇ ਬਾਪ ਜੀ ਉਥੇ ਕਾਫੀ ਗਿਆ ਜੀ ਰਾਜਪੁਰ ਮੈਨੂੰ ਬਹੁਤ ਪਿਆਰ ਕਰਦੇ ਸੀ ਲੋਕ ਥਲਾਈ ਰਾਜਪੁਰ ਐਕਚੁਅਲੀ ਮੇਰੇ ਡੈਡ ਉਹਨਾਂ ਨੇ ਉਹ ਕਿਹਾ ਸੀ ਕਿ ਦੇਖੋ ਮੇਰੀ ਫੋਟੋ ਹੈਗੀ ਹੈ ਉਹਨਾਂ ਦੇ ਨਾਲ ਨਾਊ ਯੂ ਆਰ ਗੋਇੰਗ ਟੂ ਮੀਟ ਹਿਮ ਕਰਕੇ ਇਟ ਇਜ਼ ਅਮੇਜ਼ਿੰਗ ਕੀ ਬਾਤ ਹੈ ਮੇਰੇ ਵੱਲੋਂ ਬਹੁਤ ਰਿਗਾਰਡਸ ਜੀ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਹਾਂ ਜੀ ਫੋਟੋ ਵੀ ਜ਼ਰੂਰ ਖਿਚਾਣਾ ਹਾਂ ਜੀ ਰਾਜਪੁਰ ਜੀ ਬਹੁਤ ਯਾਦ ਹੈ ਸਾਡਾ ਇੱਕ ਜਹਾਜ਼ ਮਿਸ ਹੋ ਗਿਆ ਸੀ ਉੱਥੇ ਕਿਉਂ ਹੋਇਆ ਕਿਵੇਂ ਅਸੀਂ ਜੱਬਲਪੁਰ ਤੋਂ ਆ ਰਹੇ ਸੀ ਅਸੀਂ ਸਹੀ ਟਾਈਮ ਤੇ ਪਹੁੰਚ ਗਏ ਸਹੀ ਟਾਈਮ ਤੋਂ ਵੀ ਬਹੁਤ ਪਹਿਲਾਂ ਐਡਵਾਂਸ ਦੇ ਵਿੱਚ ਵੀ ਤਾਂ ਉਹ ਜਿਹੜੇ ਘਰੇ ਗਏ ਉਹ ਕਹਿੰਦੇ ਪਾਜੀ ਪਰੌਠੇ ਬਣ ਰਹੇ ਬਹਿ ਗਿਆ ਜਾਜ ਉਧਰ ਨਿਕਲ ਜਾਣਾ ਆਪਣਾ ਕਿਉਂਕਿ ਉਹਦੀ ਵਾਰੀ ਫਿਰ 2 ਦਿਨਾਂ ਬਾਅਦ ਆਉਣੀ ਹੈ ਹਾਂਜੀ ਕਿਉਂਕਿ ਉਹ ਉਡਾਨ ਜਿਹੜੀ ਸੀਗੀ ਇੱਕ ਦਿਨ ਛੱਡ ਕੇ ਦੂਜੇ ਦਿਨ ਮਤਲਬ ਤੀਜੇ ਦਿਨ ਜਾਂਦੀ ਸੀ ਹਾਂਜੀ ਤੇ ਜੇ ਅੱਜ ਨਿਕਲ ਗਿਆ ਸਾਨੂੰ ਮਤਲਬ ਇਹ ਦੋ ਇੱਥੇ ਰਹਿਣਾ ਪੈਣਾ ਉਹ ਕਹਿੰਦਾ ਨਹੀਂ ਜੀ ਪਾਜੀ ਜਾਜ ਹੈ ਆਪਣਾ ਟੰਗ ਹੈ ਉਹ ਜਦੋਂ ਮਾਰੀ ਰਿਹਾ ਹੁੰਦਣ ਪੰਜਾਬੀਆਂ ਨੂੰ ਇਹ ਬੜਾ ਮਤਲਬ ਇਹ ਮਾਨ ਵਾਲੀ ਗੱਲ ਹੈ ਬਹਿ ਦਿੰਦਾ ਕਿਉਂਕਿ ਯਾਰ ਤੂੰ ਚਿੰਤਾ ਨਾ ਕਰ ਫਿਕਰ ਨਾ ਕਰ ਸਾਡੇ ਵਾਦੇ ਟੰਗ ਆ ਸੀ ਰੋਗ ਲਾਂਗੇ ਆ ਤੇ ਉਹ ਉੱਥੇ ਪਰੌਂਠੇ ਖਾਂਦੇ ਰਹੇ ਤੇ ਬੰਦਾ ਭੇਜਤਾ ਉੱਥੇ ਜੀ ਕਿ ਤੂੰ ਤੂੰ ਨਾ ਨਾ ਤੂੰ ਕਾਰਪੋ ਆਪਣਾ ਲੈ ਕੇ ਜਿਹੜਾ ਬੋਰਡਿੰਗ ਪਾਸ ਲੈ ਕੇ ਰੱਖ ਹਾਂਜੀ ਉਹ ਬੋਰਡਿੰਗ ਪਾਸ ਹੁਣ ਲੈ ਜੀ ਅਦਰ ਪਰੌਂਠੇ ਚੱਲਦੇ ਆ ਤੇ ਉਧਰ ਜਹਾਜ਼ ਚੱਲ ਰਿਹਾ ਜਦੋਂ ਅਸੀਂ ਉੱਥੇ ਪਹੁੰਚੇ ਬੋਰਡ ਬੋਰਡਿੰਗ ਪਾਸ ਲੈ ਕੇ ਖੜਾ ਸਾਡੇ ਸਾਹਮਣੇ ਜਾਜ ਉੱਡ ਗਿਆ ਸੋ ਕਦੇ ਕਦੇ ਐਫੋ ਜੀਆਂ ਚੀਜ਼ਾਂ ਕਰਦੇ ਮੈਨੂੰ ਤਾਂ ਕਰਕੇ ਰਾਏਪੁਰ ਬਹੁਤ ਯਾਦ ਆ ਫਿਰ ਉਹਨਾਂ ਨੇ ਸਾਨੂੰ ਬਹੁਤ ਜਗ੍ਹਾ ਤੇ ਕਮਾਇਆ ਦਿਖਾਇਆ ਸਾਰੀ ਜਗ੍ਹਾ ਸੋ ਕਈ ਘਰਾਂ ਦੇ ਵਿੱਚ ਅਸੀਂ ਗਏ ਫਿਰ ਉਦੋਂ ਸ਼ਾਇਦ ਤੁਹਾਡੇ ਘਰ ਵੀ ਉਸੇ ਕਰਕੇ ਮਾਨ ਸਾਹਿਬ ਕੋਈ ਪੰਜਾਬ ਪੰਜਾਬੀਆਂ ਦੇ ਨਾਲ ਸਨੇਹਾ ਪੰਜਾਬੀਆਂ ਦੇ ਨਾਮ ਸਨੇਹਾ ਇਹ ਹੀ ਹੈ ਕਿ ਬਸ ਜਿੱਥੇ ਵੀ ਰਹਿਣ ਰਾਜ਼ੀ ਬਾਜ਼ੀ ਰਹਿਣ ਜਿਵੇਂ ਮਿਹਨਤ ਮੁਸ਼ਕਲਤ ਮਾਲਕ ਨੇ ਬਖਸ਼ੀ ਹੈ ਉਹ ਉਸ ਨੂੰ ਆਧਾਰ ਮੰਨ ਕੇ ਚੱਲਣ ਆਪਣੇ ਗੁਰੂ ਪੀਰ ਤੇ ਜਿਹਨੂੰ ਵੀ ਮੰਨਦੇ ਆ ਉਸ ਤੇ ਵਿਸ਼ਵਾਸ ਕਰਕੇ ਚੱਲਣ ਆਪਣੇ ਆਤਮ ਵਿਸ਼ਵਾਸ ਨੂੰ ਮੱਦੇ ਨਜ਼ਰ ਰੱਖ ਕੇ ਚੱਲਣ ਔਰ ਦੂਜਿਆਂ ਨੂੰ ਆਪਣੇ ਭੈਣ ਭਰਾਵਾਂ ਵਾਂਗੂ ਸਤਿਕਾਰ ਦੇਣ ਕਿਉਂਕਿ ਸਤਿਕਾਰ ਦਿੱਤਿਆਂ ਹੀ ਗੱਲ ਬਾਣੀ ਆ ਬਾਬਾ ਦੁਨੀਆਂ ਦਾ ਹਰ ਰਿਸ਼ਤਾ ਮਾਂ ਦੇ ਪੈਰਾਂ ਸਦਕੇ ਹੈ ਮਾਂ ਬੋਲੀ ਦਾ ਰਤਬਾ ਉਸ ਦੇ ਸ਼ਾਇਰਾ ਸਦਕੇ ਹੈ ਇੱਕ ਦੂਜੇ ਦਾ ਭਲਾ ਤੇ ਸਭ ਦੀਆਂ ਖੈਰਾਂ ਸਦਕੇ ਖੈਰਾਂ ਵਿੱਚ ਜ਼ਹਿਰਾਂ ਨਾ ਮਿਲਾਇਓ ਸੋਣੇ ਲੱਭੀ ਹੋਈ ਚੀਜ਼ ਨਾ ਗਵਾਇਓ ਸੋਣ ਸੋ ਇੱਕ ਦੂਜੇ ਦੀਆਂ ਖੈਰਾਂ ਮੰਗੜੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਇਹੋ ਜਿਹੇ ਮੁਲਕਾਂ ਦੇ ਵਿੱਚ ਆ ਕੇ ਤਾਂ ਫਿਰ ਹੋਈ ਹੈ ਕਿ ਲੱਖ ਪ੍ਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਜਿਹੜੇ ਮੁਲਕ ਦਾ ਖਾਈ ਉਸ ਦਾ ਬੁਰਾ ਨਹੀਂ ਮੰਗੇਦਾ ਬਿਲਕੁਲ ਬਹੁਤ ਜ਼ਰੂਰੀ ਹੈ ਕੀ ਬਾਤ ਹੈ ਥੈਂਕ ਯੂ ਗੁਰਦਾਸ ਮਾਨ ਜੀ ਥੈਂਕ ਯੂ ਪ੍ਰੀਮਦਰ ਜੀ ਥੈਂਕ ਯੂ ਜੀਉਂਦਾ ਰਹੋ ਜੀਉਂਦਾ ਰਹੋ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਪਿਆਰ